ਤੁਹਾਡਾ ਡਿਵਾਈਨ ਤੇ ਦਿਲਦਾਰ ਆਰਜੇ ਗੁਰਵੇਲ ਸਿੰਘ ਤੇ ਦੋਸਤੋ ਮੇਰੇ ਨਾਲ ਤੁਸੀਂ ਬਣੇ ਹੋਏ ਹੋ ਪ੍ਰੋਗਰਾਮ ਜੀਵਨ ਜਾਂਚ ਦੇ ਵਿੱਚ ਔਰ ਅੱਜ ਅਸੀਂ ਜੀਵਨ ਜਾਂਚ ਪ੍ਰੋਗਰਾਮ ਦੇ ਵਿੱਚ ਜਿਹੜੀ ਹੈ ਉਹ ਵਿਚਾਰਾਂ ਦੀ ਸਾਂਝ ਪਾ ਰਹੇ ਹਾਂ ਸਰਦਾਰ ਜੋਗਿੰਦਰ ਸਿੰਘ ਜੀ ਹੋਰਾਂ ਦੇ ਨਾਲ ਜਿਹੜੇ ਕਿ ਐਜੂਕੇਸ਼ਨਲਿਸਟ ਨੇ ਵਿਵੇਕ ਟਰੱਸਟ ਦੇ ਜਿਹੜੇ ਸੇਵਾਦਾਰ ਹੈ ਔਰ ਦਿੱਲੀ ਦੇ ਵੱਖ ਵੱਖ ਸਕੂਲਾਂ ਦੇ ਵਿੱਚ ਜਾ ਕੇ ਬੱਚਿਆਂ ਨੂੰ ਸਹਿਜ ਪਾਠ ਦੇ ਨਾਲ ਜੋੜਦੇ ਆ ਇਸ ਤੋਂ ਇਲਾਵਾ ਵੀਰ ਜੀ ਹੋਰੀ ਸਿੰਘ ਸਟੱਡੀ ਸਰਕਲ ਵੀ ਦਿੱਲੀ ਦੇ ਵਿੱਚ ਚਲਾ ਰਹੇ ਆ ਜੋ ਬਹੁਤ ਵੱਡੀ ਕੋਚਿੰਗ ਇੰਸਟੀਟਿਊਸ਼ਨ ਹੈ ਅਤੇ ਵੀਰ ਜੀ ਹੋਰਾਂ ਦੇ ਨਾਲ ਫਿਰ ਸਾਡੀ ਵਿਚਾਰਾਂ ਦੀ ਸਾਂਝ ਅੱਗੇ ਕੰਟੀਨਿਊ ਚੱਲਦੀ ਹੈ ਵੀਰ ਜੀ ਫਿਰ ਤੋਂ ਰੇਡੀਓ ਖੁਸ਼ੀ 90.4 FM ਤੇ ਤੁਹਾਡਾ ਸਵਾਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਤੇ ਆਪਣੀ ਇਸ ਤੋਂ ਪਹਿਲੇ ਗੱਲ ਚੱਲ ਰਹੀ ਸੀਗੀ ਖੁਸ਼ੀ ਦੇ ਵਿੱਚ ਉਹ ਰੀਅਲੀ ਬੰਦਾ ਕੀ ਚਾਹੁੰਦਾ ਕਿ ਮੈਨੂੰ ਨਾ BMW ਮਿਲ ਜਾਏ ਅਤੇ ਖੁਸ਼ੀ ਮਿਲ ਜਾਏਗੀ ਔਰ ਨੋ ਡਾਊਟ BMW ਉਸ ਨੂੰ ਮਿਲ ਜਾਂਦੀ ਹੈ ਥੋੜ੍ਹੇ ਜਿਹੇ ਦਿਨ ਉਹ BMW ਉਹਨੂੰ ਬੜੀ ਖੁਸ਼ੀ ਦਿੰਦੀ ਹੈ 4-5 ਦਿਨ 10 ਦਿਨ ਪਰ ਉਸ ਤੋਂ ਬਾਅਦ ਕੀ ਹੁੰਦਾ ਕਿ ਉਸੇ BMW ਦੇ ਵਿੱਚ ਉਹ ਬੜਾ ਮਤਲਬ ਕਿ ਖੁਸ਼ ਆਨੰਦਿਤ ਜਾ ਰਿਹਾ ਹੁੰਦਾ ਕਿਸੇ ਜਗ੍ਹਾ 'ਤੇ ਪਰ ਰਸਤੇ ਦੇ ਵਿੱਚ ਹੀ ਉਹਨੂੰ ਫੋਨ ਆ ਜਾਂਦਾ ਕਿ ਤੇਰੀ ਪਤਨੀ ਬਿਮਾਰ ਹੋ ਗਈ ਹੈ ਤੇਰੇ ਬੱਚੇ ਨੂੰ ਸੱਟ ਲੱਗ ਗਈ ਹੈ ਹੁਣ BMW 'ਤੇ ਉਹੀ ਹੈ ਮਿਊਜ਼ਿਕ ਸਿਸਟਮ ਵੀ ਉਹੀ ਹੈ ਸਪੀਡ ਵੀ ਉਹੀ ਹੈ ਪਰ ਸਭ ਕੁਝ ਹੁੰਦਾ ਹੈ ਉਹਦੀ ਖੁਸ਼ੀ ਉਹ ਨਹੀਂ ਰਹਿੰਦੀ ਪਹਿਲੇ ਵਾਲੀ ਇਹਦਾ ਮਤਲਬ ਇਹ ਖੁਸ਼ੀ ਹੈ ਕਿੱਥੇ ਅਸਲ 'ਚ ਵਾਹ ਜੀ ਵਾਹ ਬੜਾ ਵੀਰ ਜੀ ਨੇ ਕਮਾਲ ਕਰਦੀ ਵੀਰ ਜੀ ਨੇ ਵੀਰ ਜੀ ਨੇ ਜਿਹੜੀ ਗੱਲ ਪੁੱਛੀ ਹੈ ਨਾ ਇਹ ਗੱਲ ਹੀ ਜਿਹੜੀ ਇੰਨੀ ਵੱਡੀ ਹੈ ਕਿ ਇਹ ਵੱਡੀ ਗੱਲ ਨੂੰ ਸਮਝਣ ਵਾਸਤੇ ਸਾਨੂੰ ਫਿਰ ਸਹਾਰਾ ਲੈਣਾ ਪਏਗਾ ਮੈਨੂਅਲ ਦਾ ਜਿਹੜਾ ਮੈਨੂਅਲ ਦੁਨੀਆਂ ਨੂੰ ਚਲਾ ਰਿਹਾ ਜੀ ਦੇਖੋ ਜੀ ਮੈਂ ਤੁਹਾਡੇ ਨਾਲ ਹੁਣ ਦੇਖੋ ਅਸੀਂ ਗੱਲ ਕਰਾਂਗੇ ਹੁਣ ਪ੍ਰੈਕਟੀਕਲ ਜੀ ਹੁਣ ਅਸੀਂ ਅਗਰ ਗੱਲ ਕਰਦੇ ਹਾਂ ਨਾ ਗੁਰਬਾਣੀ ਦੀ ਕਈ ਵਾਰੀ ਉਹ ਚੀਜ਼ ਸਮਝ ਨਹੀਂ ਆਉਂਦੀ ਗੁਰਬਾਣੀ ਦੀ ਹੀ ਗੱਲ ਅਸੀਂ ਦੂਜੇ ਤੱਕ ਕਰਾਂਗੇ ਅੱਜ ਜੀ ਜਿਹਦੇ ਵਿੱਚ ਤੁਸੀਂ ਐਸੀ ਚੀਜ਼ ਲੱਭੋਗੇ ਤੁਹਾਨੂੰ ਨਜ਼ਰ ਆਏਗਾ ਸੱਚ ਤੇ ਰਿਸ਼ਤੇ ਮਿੱਥਿਆ ਨੇ ਜੀ ਦੇਖੋ ਮੰਨ ਲਓ ਮੈਂ ਤੁਹਾਨੂੰ ਦੱਸਣਾ ਹੁਣ ਮੈਂ ਤੁਹਾਡਾ ਸ਼ੇਅਰ ਕਰਾਂਗਾ ਪਰਸਨਲ ਗੱਲ ਆਪਣੀ ਜਿਹੜੀ ਹੁਣ ਅੱਜ ਮੈਂ ਰੇਡੀਓ ਟੀਵੀ ਤੇ ਕਿਸੇ ਕਰ ਲਗਾ 22 ਮਾਰਚ ਦਾ ਦਿਨ ਸੀ ਇਹ ਜਿਹੜੀ ਮੈਂ ਤੁਹਾਨੂੰ ਆਪਣੀ ਸਟੋਰੀ ਸੁਣਾ ਰਿਹਾ ਨਾ 2 ਮਿੰਟ ਦੀ ਜੀ ਇਹਦੇ ਤੋਂ ਤੁਹਾਨੂੰ ਪਤਾ ਲੱਗੇਗਾ ਮੈਂ ਇੱਕ ਟੈਕਨੋਲੋਜੀ ਬਣਾਈਏ ਟੈਕਨੋਲੋਜੀ ਆਫ ਬ੍ਰੇਕ ਡਾਊਨ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਨੂੰ ਇੱਕ ਨਵੇਂ ਤਰੀਕੇ ਨਾਲ ਸੋਚ ਕੇ ਇੱਕ ਟੈਕਨੋਲੋਜੀ ਬਣਾਈ ਗਈ ਹੈ ਦੁਨੀਆ ਤੋਂ ਵੱਡਾ ਸੁੱਖ ਤਨ ਦੁੱਖ ਆ ਜਾਂਦਾ ਤੁਸੀਂ ਇਹ ਟੈਕਨੋਲੋਜੀ ਯੂਜ਼ ਕਰਨੀ ਹੈ ਜਿਹੜੀ ਮੈਂ ਯੂਜ਼ ਕਰਦਾ ਵਾਂ ਮੈਂ ਇਹ ਯੂਜ਼ ਕੀਤੀ ਤੇ ਮੈਂ ਕਰੋਨਾ ਦੇ ਵਿੱਚ ਬਹੁਤ ਪੈਸੇ ਕਮਾਏ ਲੋਕਾਂ ਦਾ ਭਲਾ ਕਰ ਪਾਇਆ ਕਿਉਂਕਿ ਮੈਂ ਇਹ ਟੈਕਨੋਲੋਜੀ ਪ੍ਰੈਕਟੀਕਲੀ ਯੂਜ਼ ਕੀਤੀ ਜੀ ਦੇਖੋ ਹੁਣ ਮੈਂ ਇਹ ਮੰਨਣਾ ਵਾਂ ਮੈਂ ਪਹਿਲੇ ਤਾਂ ਅਸੀਂ ਵਾਹਿਗੁਰੂ ਜੀ ਨੂੰ ਅਰਦਾਸ ਕਰਨੀ ਹੈ ਵਾਹਿਗੁਰੂ ਜੀ ਮੈਨੂੰ ਇਹ ਤਾਕਤ ਦਿਓ ਕਿ ਮੈਂ ਜਾਣ ਪਾਵਾਂ ਕਿਹੜੀਆਂ ਚੀਜ਼ਾਂ ਮੈਂ ਬਦਲ ਸਕਣਾ ਕਿਹੜੀਆਂ ਨਹੀਂ ਬਦਲ ਸਕਦਾ ਬਿਲਕੁਲ ਜਿਹੜੀਆਂ ਬਦਲ ਸਕਣਾ ਬਦਲਣ ਦੀ ਤਾਕਤ ਦੇ ਦਿਓ ਜਿਹੜੀਆਂ ਨਹੀਂ ਬਦਲ ਸਕਦਾ ਉਹਨੂੰ ਇੰਜੋਏ ਕਰਨ ਦੀ ਤਾਕਤ ਬਿਲਕੁਲ ਬਿਲਕੁਲ ਇੰਜੋਏਮੈਂਟ ਕੀ ਹੋ ਗਈ ਇਹ ਵੀ ਤੁਹਾਨੂੰ ਮੈਂ ਦੱਸਾਂਗਾ ਦੁਆਰਾ ਬੋਲ ਰਿਹਾ ਗੋਡ ਗਿਵ ਮੀ ਪਾਵਰ ਟੂ ਡਿਸਟਿੰਗੁਇਸ਼ ਬਿਟਵੀਨ ਦ ਥਿੰਗਸ ਵਿਚ ਆਈ ਕੈਨ ਚੇਂਜ ਐਂਡ ਵਿਚ ਆਈ ਕੈਨ ਨਾਟ ਚੇਂਜ Give me power to change the things which I can and power to enjoy the things which I cannot change. ਹੁਣ ਇੰਜੋਇਮੈਂਟ ਕਿਵੇਂ ਕਰ ਸਕਦੇ ਹਾਂ ਜੀ ਜੀ ਮੈਂ ਇਸ ਗੱਲ ਦਾ ਤੁਹਾਨੂੰ ਪ੍ਰੈਕਟੀਕਲ ਗੱਲ ਕਰਨੀ ਪ੍ਰੈਕਟੀਕਲ ਠੀਕ ਹੈ ਜੀ ਹੁਣ ਜਦੋਂ ਦੇਖੋ ਪਹਿਲੀ ਗੱਲ ਹੁਣ ਅਸੀਂ ਪਹਿਲੇ ਗੱਲ ਕਰਾਂਗੇ ਸਾਡੇ ਨਾਲ ਅਸੀਂ ਦੁਨੀਆਂ ਚਲਾ ਰਹੇ ਹਾਂ ਸਾਡਾ ਕੁਝ ਇੰਸੀਡੈਂਟ ਹੋਣਗੇ ਜਿਹੜੇ ਸਾਡੇ ਕੰਟਰੋਲ ਨਹੀਂ ਹੋਣਗੇ ਸਾਨੂੰ ਦੁੱਖ ਦੇ ਸਕਦੇ ਨੇ ਉਹਨਾਂ ਨੂੰ ਕਿਵੇਂ ਡੀਲ ਕਰੀਏ ਦੂਜੇ ਚ ਅਸੀਂ ਸਾਡੇ ਦੁੱਖਾਂ ਦਾ ਦੁੱਖਾਂ ਦੇ ਬੰਦੇ ਸਾਡੇ ਨਾਲ ਹੀ ਰਹਿੰਦੇ ਨੇ ਜਿਹੜਾ ਤੁਹਾਨੂੰ ਦੁੱਖ ਦਿਸਦਾ ਉਹ ਤੁਹਾਡੀ ਵਾਈਫ ਹੋਸਦੀ ਹੈ ਬੱਚੇ ਹੋਸਦੇ ਨੇ ਤੁਹਾਡੇ ਇੰਪਲਾਈ ਹੋਸਦੇ ਨੇ ਤੁਹਾਡੇ ਫਰੈਂਡ ਹੋਸਦੇ ਨੇ ਜਿਹੜਾ ਦੁੱਖ ਦੇ ਨਹੀਂ ਸਰ ਤੁਹਾਨੂੰ ਬਿਲਕੁਲ ਉਹਨਾਂ ਨੂੰ ਕਿਵੇਂ ਡੀਲ ਕਰੀਏ ਉਹ ਦੂਜੇ ਤੇ ਲਾਂਗੇ ਪ੍ਰੈਕਟੀਕਲ ਗੱਲ ਕਰਾਂਗੇ ਆਪਾਂ ਬੇਸ ਗੁਰਬਾਣੀ ਤੇ ਵੇ ਮੈਨੂਅਲ ਗੁਰਗ੍ਰੰਥ ਸਾਹਿਬ ਜੀ ਹੈਗੇ ਨੇ ਮੈਂ ਦੁਆਰਾ ਬੋਲਦਾ ਕੋਈ ਸੋਰਸ ਦੱਸਦਾ ਨਹੀਂ ਹੈਗਾ ਦਾਸ ਕਾਪੀ ਕਰਦਾ ਦਾਸ ਨਕਲਾਂ ਮਾਰਦਾ ਨਕਲ ਮਾਰ ਕੇ ਛੋਟੀ ਮੋਟੀ ਚੀਜ਼ ਲਿਆਂਦਾ ਤੇ ਬੋਲ ਦਿੰਦਾ ਤੇ ਕਈ ਕਹਿੰਦੇ ਨੇ ਚੰਗਾ ਲੱਗਦਾ ਆਪਾਂ ਕੋਈ ਕ੍ਰੈਡਿਟ ਨਹੀਂ ਚਾਹੀਦਾ ਕਿਉਂਕਿ ਆਪਾਂ ਬੋਲ ਹੀ ਨਹੀਂ ਰਹੇ ਕੋਈ ਰਾਬੀ ਬੁਲਾ ਰਿਹਾ ਰਾਬੀ ਦਿੰਦਾ ਰਾਬੀ ਸੁਣਦਾ ਹੁਣ ਮੈਂ ਤੁਹਾਨੂੰ ਸਿੱਧੀ ਗੱਲ ਕਰਾਂਗਾ ਮੈਂ ਲੱਖਾਂ ਰੁਪਏ ਕਮਾਏ ਕਰੋਨਾ ਵਿੱਚ ਔਰ ਬਹੁਤ ਕੁਛ ਕਰ ਪਾਇਆ ਸੇਵਾ ਕਿਉਂਕਿ ਮੈਨੂੰ ਟੈਕਨੋਲੋਜੀ ਆਫ ਬ੍ਰੇਕ ਡਾਊਨ ਪਤਾ ਸੀ ਉਹ ਤੁਸੀਂ ਭਾਵੇਂ ਕਾਪੀ ਤੇ ਨੋਟ ਕਰ ਲਓ ਭਾਵੇਂ ਉਹਨੂੰ ਰਿਪੀਟ ਕਰ ਲੈਣਾ ਦੇਖੋ ਕੋਈ ਵੀ ਇੰਸੀਡੈਂਟ ਹੋਇਆ ਹੁਣ ਦੇਖੋ ਤੁਹਾਨੂੰ ਪਹਿਲੇ ਕੀ ਕਰਨਾ ਅਗਰ ਉਹ ਬ੍ਰੇਕ ਡਾਊਨ ਹੈ ਐਗਜ਼ਾਮਪਲ ਕਰੋਨਾ ਆ ਗਿਆ ਕਰੋਨਾ ਤੁਸੀਂ ਮੰਨੋਗੇ ਮੈਨੂੰ ਕਈ ਬੰਦੇ ਨਾਰਾਜ਼ ਹੋ ਗਏ ਮੈਂ ਕਰੋਨਾ ਵੀ ਰੱਬ ਦਾ ਜੀ ਹੈ ਕੋਈ ਹਰ ਚੀਜ਼ ਰੱਬ ਦੀ ਬਣਾਈ ਹੋਈ ਹੈ ਅਗਰ ਰੱਬ ਨੇ ਸਾਰੀ ਦੁਨੀਆਂ ਬਣਾਈ ਕਰੋਨਾ ਵੀ ਰੱਬ ਨੇ ਬਣਾਇਆ ਉਸਦਾ ਕਿ ਸਾਨੂੰ ਅਕਲ ਦੇਣ ਵਿੱਚ ਬਣਾਇਆ ਹੋਵੇ ਸਾਡੇ ਹੰਕਾਰ ਨੂੰ ਖਤਮ ਕਰਨ ਵਿੱਚ ਬਣਾਇਆ ਹੋਵੇ
ਕਈ ਵਾਰੀ ਸਾਨੂੰ ਲੱਗਦਾ ਸਾਨੂੰ ਦੁੱਖ ਆਇਆ, ਉਹ ਦੁੱਖ ਸਾਡੇ ਸੁੱਖ ਦਾ ਕਾਰਨ ਬਣਦਾ। ਦੁੱਖ ਦਾਰੂ ਸੁੱਖ ਰੋਗ ਭਇਆ ਜਾਂ ਸੁੱਖ ਤਾਮ ਨਾ ਹੋਈ। ਔਰ ਗੁਰਬਾਣੀ ਇਹ ਵੀ ਕਹਿੰਦੀ ਹੈ ਜੇ ਦੁੱਖ ਦੇਹ ਤਾਂ ਤੁਝੇ ਇਰਾਦੀ ਸੁੱਖ ਵੀ ਤੁਝੇ ਧਿਆਈ। ਮਤਲਬ ਕਿ ਦੁੱਖ ਹੈ ਜਿਹੜਾ ਦੁੱਖ ਦੇ ਵਿੱਚ ਵੀ ਸਰਵਾਈਵ ਕਰਨਾ ਸਿੱਖ ਜਾਣ ਦੇ ਵਿੱਚ ਹੀ, ਉਹਦੀ ਰਜ਼ਾ ਦੇ ਵਿੱਚ ਰਾਜ਼ੀ ਰਹਿਣ ਦੇ ਵਿੱਚ ਹੀ ਮਤਲਬ ਕਿ ਬੰਦਾ ਸੁਖੀ ਹੋ ਸਕਦਾ। ਜੀ ਕਮਾਲ ਕਰਦੀ ਵੀਰ ਜੀ ਨੇ, ਵੀਰ ਜੀ ਨੇ ਗੱਲ ਕਹੀ ਹੈ, ਇਹਨਾਂ ਨੇ ਜਿਸਤ ਕਰਤੀ। ਹੁਣ ਹੁੰਦਾ ਕੀ ਹੈ, ਵੀਰ ਜੀ ਨੇ ਗੱਲ ਕਹੀ, ਮੈਂ ਵੀ ਇਹੀ ਗੱਲਾਂ ਕਰਦਾ ਸੀ, ਉਹ ਗੱਲ ਸੱਚ ਵੀ ਹੈ ਜੀ, ਉਹ ਮੈਂ ਵੀ ਇਹੀ ਗੱਲ ਬੋਲਣੀ ਸੀ। ਵੀਰ ਜੀ ਨੇ ਜੋ ਬੋਲੀ ਬਿਲਕੁਲ ਪਰਫੈਕਟ ਬੋਲੀ ਹੈ, ਪਰ ਅਸੀਂ ਇਹਨੂੰ ਇੰਪਲੀਮੈਂਟ ਨਹੀਂ ਕਰ ਪਾਉਂਦੇ ਜੀ। ਹੁਣ ਸਾਨੂੰ ਸਾਡਾ ਦਿਮਾਗ ਛੋਟਾ, ਇੰਨੀ ਵੱਡੀ ਗੱਲ ਕਿ ਅਸੀਂ ਉਹ ਸਿੱਖ, ਦੇਖੋ ਤੁਹਾਨੂੰ ਇੱਥੇ ਨਜ਼ਰ ਆ ਰਿਹਾ ਬਿਲਕੁਲ ਕਿ ਤੁਹਾਡੇ ਅੱਜ ਕੀ ਹੈਗਾ, ਤੁਹਾਨੂੰ ਉਸ ਸਮਾਂ ਹੈਗਾ ਵਿਚਕਾਰਲਾ, ਪੈਦਾ ਤੁਸੀਂ ਹੋਏ, ਉਹਨੂੰ ਇਸ ਤੋਂ ਵੱਡੀ ਤੁਸੀਂ ਕਰਾਮਾਤ ਕੀ ਸਮਝੋਗੇ? ਪਾਣੀ ਦਾ ਪਾਰਟੀਕਲ ਇਨਸਾਨ ਬਣਾਤਾ ਇੰਨਾ ਵੱਡਾ, ਅੱਖਾਂ ਪਾਤੀਆਂ, ਨੱਕ ਲਾਤਾ, ਫਿਰ ਵੀ ਤੁਸੀਂ ਮੈਨੂੰ ਵਿਚਾਰ ਨਹੀਂ। ਬਿਲਕੁਲ ਬਿਲਕੁਲ, ਤੇ ਤੁਹਾਨੂੰ ਕਿਧਰੇ ਨਾ ਕਿਧਰੇ ਹਰ ਜਗ੍ਹਾ ਰੱਬ ਦੀ ਐਗਜ਼ਿਸਟੈਂਸ ਫੀਲ ਕਰਨੀ ਪਏਗੀ, ਰੱਬ ਨੂੰ ਦੇਖਣਾ ਪਏਗਾ। ਇਨਸਾਨ ਨੇ ਇੰਨਾ ਚਲਾਕੀ, ਭਗਵਾਨ ਨੇ ਤਾਕਤ ਨੂੰ ਨਹੀਂ ਦਿੱਤੀ, ਇਨਸਾਨ ਨੇ ਭਗਵਾਨ ਵੀ ਆਪਣੇ ਵਰਗਾ ਬਣਾਉਣਾ ਸ਼ੁਰੂ ਕਰਤਾ। ਉਹ ਕਹਿੰਦਾ ਮੇਰਾ ਸਰੀਰ ਹੈ, ਮੈਨੂੰ ਬੱਚਾ ਮਿਲਿਆ, ਵਾਵੀ ਤੋਂ ਸਰੀਰ ਦੇ ਆਇਆ ਬੱਚਾ, ਉਹ ਵੀ ਸਰੀਰ ਦੇ, ਉਹਨੇ ਸਰੀਰਾਂ ਸੁੱਖ ਪਾਲਣਾ ਸ਼ੁਰੂ ਕਰਤਾ, ਤੇ ਸਰੀਰਾਂ ਦੇ ਨਾਲ ਹੀ ਉਹਨੂੰ ਵੇਖਿਆ ਕਿ ਰੱਬ ਹੀ ਸਰੀਰ ਵਾਲਾ ਹੋਏਗਾ ਜੀ, ਉਹਨੇ ਸਰੀਰ ਵਾਲਾ ਰੱਬ ਬਣਾ ਕੇ ਉਹਦੀ ਪੂਜਾ ਕਰਨੀ ਸ਼ੁਰੂ ਕਰਤੀ। ਜੋ ਗੁਰੂ ਸਾਹਿਬ ਆਏ, ਗੁਰੂ ਕਹਿੰਦੇ ਅੰਦਰ ਰੱਬ, ਅੰਦਰ ਖੋਜ, ਸਮੈ ਜੋਤ ਜੋਤ ਹੈ ਸੋਏ ਜੀ, ਤਿਸ ਦੇ ਚਾਨਣ ਸਮੈ ਚਾਨਣ ਹੋਏ। ਮਹਾਰਾਜ ਕਹਿੰਦੇ ਅੰਦਰ ਲੱਭ, ਅੰਦਰ ਲੱਭ, ਔਰ ਇੱਕ ਚੀਜ਼ ਦਿੱਤੀ ਸ਼ਬਦ, ਕਮਿਊਨੀਕੇਸ਼ਨ। ਤੁਹਾਡਾ ਸਾਰਾ ਸੰਬੰਧ ਕਮਿਊਨੀਕੇਸ਼ਨ ਤੇ ਟਿਕਿਆ ਹੋਇਆ, ਸੰਬੰਧ ਨਾਲ ਟਿਕਿਆ ਹੋਇਆ, ਉਹ ਵੀ ਵਾਹਿਗੁਰੂ ਨੇ ਸਾਨੂੰ ਇੱਕ ਭਾਸ਼ਾ ਦਿੱਤੀ ਹੈ। ਹੁਣ ਇਹ ਜਿਹੜੇ ਕਮਿਊਨੀਕੇਸ਼ਨ, ਦੁਨੀਆਂ ਦੇ ਕਮਿਊਨੀਕੇਸ਼ਨ ਤੋਂ ਵੱਡਾ ਹੀ ਕਮਿਊਨੀਕੇਸ਼ਨ ਹੈ, ਉਹ ਮੇਰੀ ਗੱਲ ਤੁਹਾਨੂੰ ਥੋੜੀ ਦੇਰ ਚੰਗੀ ਲੱਗੇਗੀ। ਹੁਣ ਮੈਂ ਵਾਈਫ ਨੂੰ ਕਹਿੰਦਾ ਸੀ ਯੂ ਆਰ ਲੁਕਿੰਗ ਬਿਊਟੀਫੁਲ, ਉਹਨੂੰ ਥੋੜਾ ਚੰਗਾ ਲੱਗਦਾ ਸੀ ਥੋੜੇ ਦਿਨ, ਹੁਣ ਕਹਿੰਦੀ ਤੁਸੀਂ ਇੱਕੋ ਗੱਲ ਬੋਲਦੇ ਹੋ ਵਾਰੀ ਵਾਰੀ, ਮੈਨੂੰ ਚੰਗੀ ਨਹੀਂ ਲੱਗਦੀ, ਉਹੀ ਗੱਲ ਉਹਨੂੰ ਬੁਰੀ ਲੱਗਣੀ ਸ਼ੁਰੂ ਹੋ ਗਈ। ਇਸ ਤਰ੍ਹਾਂ ਹੀ ਅਸੀਂ ਜੋ ਰਿਪੀਟ ਕਰਦੇ ਹਾਂ, ਸਾਡੇ ਇਨਸਾਨ ਦਾ ਦਿਮਾਗ ਓਨਾ ਹੀ ਹੈ, ਤੇ ਸਾਨੂੰ ਅਗਰ ਅਲਟੀਮੇਟ ਖੁਸ਼ੀ ਚਾਹੀਦੀ ਹੈ ਤੇ ਸਾਨੂੰ ਇੱਕ ਐਸੀ ਭਾਸ਼ਾ ਯੂਜ਼ ਕਰਨੀ ਪਵੇਗੀ, ਇੱਕ ਐਸੀ ਲੈਂਗੁਏਜ ਲਰਨ ਕਰਨੀ ਪਵੇਗੀ ਜਿਹੜੀ ਰੱਬ ਦੀ ਲੈਂਗੁਏਜ ਹੈ ਜੀ। ਬਿਲਕੁਲ ਬਿਲਕੁਲ, ਤੇ ਅੱਗੇ ਵੀਰ ਜੀ ਹੁਣ ਮੈਂ ਤੁਹਾਨੂੰ ਡਿਸਕਸ ਕਰ ਲਾਂਗਾ ਜਿਹੜਾ ਮੈਂ ਤੁਹਾਨੂੰ ਸੀਕਰੇਟ ਦੱਸ ਲਾਂਗਾ, ਸੀਕਰੇਟ ਬਹੁਤ ਵੱਡਾ ਸੀਕਰੇਟ ਦੱਸ ਲਾਂਗਾ ਜਿਹੜਾ ਮੈਂ ਸਿੱਖਿਆ ਜੀ। ਇਹਨੂੰ ਕਹਿੰਦੇ ਨੇ ਹਾਊ ਟੂ ਡੀਲ ਵਿਦ ਐਨੀ ਬ੍ਰੇਕਡਾਊਨ ਜੀ। ਕਰੋਨਾ ਬ੍ਰੇਕਡਾਊਨ ਆਇਆ, ਮੈਂ ਤੁਹਾਨੂੰ ਦੱਸਾਂਗਾ ਮੈਂ ਕਿਵੇਂ ਪੈਸੇ ਕਮਾਏ, ਉਹ ਤੁਹਾਨੂੰ ਮੈਂ ਸੀਕਰੇਟ ਦੱਸ ਲਾਂਗਾ, ਔਰ ਮੈਂ ਕੀ ਕਰ ਪਾਇਆ। ਇਸ ਬ੍ਰੇਕਡਾਊਨ ਦੀ ਟੈਕਨੋਲੋਜੀ ਮੇਰੇ ਕੋਲ ਨਾ ਆਉਂਦੀ, ਅਸੀਂ ਬਿਲਕੁਲ ਡਾਊਨ ਹੋ ਜਾਂਦੇ ਜੀ। ਪਹਿਲੀ ਗੱਲ ਹੈਗੀ ਹੈ, ਅਸੀਂ ਕੁਛ ਹੋ ਜਾਂਦਾ ਨਾ ਉਹਨੂੰ ਐਕਸੈਪਟ ਹੀ ਨਹੀਂ ਕਰਦੇ, ਅਸੀਂ ਕਹਿੰਦੇ ਹਾਂ ਜੀ ਪਾਣਾ ਹੋ ਗਿਆ, ਅਸੀਂ ਜਿਹੜਾ ਖੁਸ਼ੀ ਦਾ ਪਾਣਾ ਨਹੀਂ, ਦੁੱਖ ਪਾਣਾ ਤੇ ਖੁਸ਼ੀ ਵੀ ਪਾਣਾ, ਅਸੀਂ ਉਹਨੂੰ ਕਹਿੰਦੇ ਹਾਂ ਵਾਹਿਗੁਰੂ ਨੇ ਮੇਰਾ ਕਰਤਾ ਪਾਣਾ ਹੋ ਗਿਆ। ਉਹ ਵਾਹਿਗੁਰੂ ਨਹੀਂ ਕਰ ਰਿਹਾ, ਉਹ ਵਾਹਿਗੁਰੂ ਨੇ ਇੱਕ ਤੁਹਾਨੂੰ ਸਿਸਟਮ ਬਣਾ ਕੇ ਦਿੱਤਾ, ਉਹਨਾਂ ਇੱਕ ਰੂਲਸ ਫਾਲੋ ਕੀਤੇ ਨੇ, ਇੱਕ ਗਾਈਡੈਂਸ, ਇੱਕ ਗਾਈਡਲਾਈਨ ਜਾਰੀ ਕੀਤੀਆਂ ਨੇ, ਉਹ ਗਾਈਡਲਾਈਨਾਂ ਪੜ੍ਹ ਲਓ ਤੁਸੀਂ। ਵਾਹਿਗੁਰੂ ਨੇ ਤੁਹਾਨੂੰ ਆਪਣੀ ਤਾਕਤ ਦੀ, ਤੁਸੀਂ ਆਪਣੇ ਕੋਲ ਪਲਾਸਟਿਕ ਬੰਦ ਕਰ ਦਿਓ, ਇਨਵਾਇਰਮੈਂਟ ਠੀਕ ਹੋ ਜਾਏਗਾ ਜੀ। ਤੁਸੀਂ ਆਪਣੇ ਛੇੜਛਾੜ ਬੰਦ ਕਰ ਦਿਓ ਕੁਦਰਤ ਨਾਲ, ਤਾਂ ਠੀਕ ਹੋ ਜਾਏਗਾ। ਰੱਬ ਨੇ ਤੁਹਾਡੇ ਥਰੂ ਵਰਤ ਰਿਹਾ, ਰੱਬ ਨੇ ਤੁਹਾਨੂੰ ਨਾ ਦੱਸ ਰਿਹਾ, ਨਾ ਤੱਪੜ ਵੀ ਪੈ ਜਾਂਦਾ ਹੱਥੋਂ ਹੱਥ ਪਲਾਸਟਿਕ ਦਾ, ਤਾਂ ਤੱਪੜ ਵੀ ਪੈਂਦਾ, ਤੁਸੀਂ ਨਹੀਂ ਬਾਹ ਜਾਓ ਤੇ ਕਰੀ ਜਾਓ। ਹੁਣ ਅਸੀਂ ਕਰਨਾ ਕੀ ਹੈ, ਵਾਟ ਇਜ਼ ਟੈਕਨੋਲੋਜੀ ਆਫ ਬ੍ਰੇਕਡਾਊਨ, ਚਾਰ ਸਟੈਪ ਇਹਨੇ ਫਾਲੋ ਕਰਨੇ ਨੇ, ਚਾਰ ਸਟੈਪ ਜੀ। ਪਹਿਲਾਂ ਐਕਸੈਪਟ ਬ੍ਰੇਕਡਾਊਨ, ਹੁਣ ਹੋਇਆ ਕਿ ਜੀ ਕਰੋਨਾ ਆਇਆ, ਲੋਕ ਐਕਸੈਪਟ ਹੀ ਨਹੀਂ ਕਰ ਰਹੇ, ਆਪਾਂ ਐਕਸੈਪਟ ਕਰ ਲਿਆ ਜੀ। ਦੂਜਾ ਸਟਾਪ ਆਲ ਐਕਸ਼ਨਸ, ਦੇਖੋ ਮਾਈਂਡ ਵੀ ਇੱਕ ਮਸ਼ੀਨ ਹੈ, ਉਹਦੇ ਕੋਈ ਚੀਜ਼ ਬਹੁਤ ਘੁੰਮਣੀ ਹੋ ਜਾਂਦੀ ਹੈ, ਐਵੇਂ ਬਿਲਕੁਲ ਚੀਮੀ ਚੀਮੀ ਚੀਮ, 24 ਘੰਟੇ ਚਲਦੀ ਰਹੇਗੀ ਚਲਦੀ ਰਹੇਗੀ ਚਲਦੀ ਰਹੇਗੀ, ਉਹ ਉਹਨੂੰ ਕੱਢ ਹੀ ਨਹੀਂ ਪਾਉਂਦੇ। ਹੁਣ ਕਈ ਲੋਕ ਕਹਿੰਦੇ ਨੇ ਮੈਨੂੰ ਸੋਚ ਬੜੀ ਆਉਂਦੀ ਹੈ, ਉਹ ਸਾਰੇ ਸੋਚਦੇ ਹੀ ਰਹਿਣਗੇ, ਸੋਚਦੇ ਹੀ ਰਹਿਣਗੇ। ਜਦੋਂ ਮੈਂ ਕਿਹਾ ਹੁਣ ਕੀ ਸੋਚ ਰਹੇ ਹੋ, ਕਹਿੰਦੇ ਨੇ ਹੁਣ ਇਹ ਸੋਚਦਾ ਮੈਂ ਕੋਈ ਸੋਚ ਨਹੀਂ ਆਉਂਦੀ, ਜਿਵੇਂ ਫਰਿੱਜ ਦੇ ਖਾਣੇ ਹੁੰਦੇ ਨੇ, ਬਰਫ਼ ਦਾ ਖਾਣਾ ਹੁੰਦਾ, ਲੋਕਾਂ ਨੇ ਆਪਣੇ ਦਿਮਾਗ ਦੇ ਵੀ ਖਾਣੇ ਬਣਾ ਲੈਣੇ, ਸੋਚਦੇ ਦੁਖੀ ਦੇ, ਦੁਖ ਵੀ ਦੁਖੀ, ਦੁੱਖ ਨਹੀਂ ਦੁਖੀ, ਦੁਖੀ ਹੋ ਕੇ ਖੁਸ਼ੀ ਮਿਲਦੀ ਉਹਨਾਂ ਨੂੰ। ਖੁਸ਼ੀ ਟੀਵੀ ਤੇ ਅਸੀਂ ਸਮਝਣਾ, ਦੁੱਖ ਨਾਲ ਖੁਸ਼ੀ ਨਹੀਂ ਲੈਣੀ, ਅਸੀਂ ਕੀ ਕਰਨਾ, ਉਹਨੂੰ ਐਕਸੈਪਟ ਕਰਨਾ, ਦੇਖਣਾ ਉਹ ਕੀ ਹੈਗਾ। ਪਹਿਲਾਂ ਐਕਸੈਪਟ ਬ੍ਰੇਕਡਾਊਨ, ਹੁਣ ਕਰੋਨਾ ਆਇਆ ਐਕਸੈਪਟ ਕਰ ਲਿਆ ਜੀ। ਸੈਕਿੰਡ ਸਟਾਪ ਆਲ ਐਕਸ਼ਨ, ਸਟਾਪ ਆਲ ਐਕਸ਼ਨ ਕਰਦੇ ਜੀ ਸਾਰੇ, ਹੁਣ ਇੱਕ ਵਾਰੀ ਪੀਸ ਤੇ ਜਾਓ ਜੀ, ਅੰਦਰ ਟੁੰਡੋ। ਥਰਡ, ਕ੍ਰੀਏਟ ਏ ਨਿਊ ਪੋਸੀਬਿਲਿਟੀ ਜੀ, ਕਿ ਹੁਣ ਕੀ ਹੋ ਸਕਦਾ। ਫਿਰ ਕੀ ਕਰਨਾ, ਟੇਕ ਐਕਸ਼ਨ ਅਕੋਰਡਿੰਗ ਟੂ ਨਿਊ ਪੋਸੀਬਿਲਿਟੀ ਓਨਲੀ ਜੀ। ਹੁਣ ਦੇਖੋ ਪਹਿਲਾ ਔਰ ਦੋ ਸਟੈਪ ਥੋੜਾ ਪਾਸਟ ਏ, ਐਕਸੈਪਟ ਬ੍ਰੇਕਡਾਊਨ, ਸਟਾਪ ਆਲ ਐਕਸ਼ਨ, ਇਹਨੂੰ ਕ੍ਰੋਸ ਕਰ ਦੋ। ਹੁਣ ਮੈਂ ਕੀ ਕੀਤਾ, ਨਿਊ ਪੋਸੀਬਿਲਿਟੀ ਕਿਵੇਂ ਕ੍ਰੀਏਟ ਕਰਨੀ, ਮੈਂ ਤੁਹਾਨੂੰ ਐਗਜ਼ਾਮਪਲ ਦੇਣਾ ਪਏਗਾ। ਮੈਂ 22 ਮਾਰਚ ਨੂੰ ਸਾਨੂੰ ਅਸੀਂ 500 ਬੱਚੇ ਸਭ ਇਨਰੋਲ ਸੀ ਜੀ, ਸਿਰਫ 3-4 ਮਿੰਟ ਦਾ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ, ਤੁਸੀਂ ਬਿਲਕੁਲ ਕੁੱਲੀ ਸੁਣਨਾ, ਔਰ ਇਹਦੇ ਤੋਂ ਹੀ ਅਸੀਂ ਫਿਰ ਇਹਨੂੰ ਖਤਮ ਕਰਕੇ ਫਿਰ ਤੁਹਾਡੇ ਕੁਸ਼ਚਨ ਲੈ ਲਾਂਗੇ ਜੀ, ਸੰਬੰਧਾਂ ਦੀ ਗੱਲ ਕਰਾਂਗੇ। ਇਸ ਤੋਂ ਬਾਅਦ ਪਹਿਲਾਂ ਕੀ ਹੋਇਆ ਜੀ, ਕਰੋਨਾ ਆ ਗਿਆ ਜੀ, ਅਸੀਂ ਐਕਸੈਪਟ ਕਰ ਲਿਆ ਉਸੇ ਟਾਈਮ ਤੇ। 22 ਮਾਰਚ ਨੂੰ ਸਾਡੇ ਦਿੱਲੀ ਚ ਅਨਾਊਂਸ ਹੋ ਗਿਆ, ਅਰਵਿੰਦ ਕੇਜਰੀਵਾਲ CM ਨੇ ਅਨਾਊਂਸ ਕਰਤਾ ਜੀ ਅੱਜ ਬ੍ਰੇਕਡਾਊਨ ਹੈ, ਅੱਜ
ਅਸੀਂ ਕਿਹਾ ਚਲੋ ਜੀ ਕੱਲ ਸ਼ੁਰੂ ਕਰਾਂਗੇ ਜੀ। ਸਾਡੇ ਕੋਲ 27 ਮਾਰਚ ਨੂੰ ਐਂਟਰੈਂਸ ਦੇ 500 ਬੱਚੇ ਐਡਮਿਸ਼ਨ ਲੈ ਚੁੱਕੇ ਸੀ, ਜਿਹਨਾਂ ਦੀ ਫੀਸ ਆ ਚੁੱਕੀ ਸੀ, ਕਿਤਾਬਾਂ ਪ੍ਰਿੰਟ ਸੀ 20 ਲੱਖ ਦੀਆਂ ਜੀ। ਅਸੀਂ ਹੁਣ ਕੀ ਕੀਤਾ ਜੀ, ਅਸੀਂ 22 ਮਾਰਚ ਖਤਮ ਹੋਇਆ, 23 ਮਾਰਚ ਨੂੰ ਅਨਾਊਂਸ ਹੋ ਗਿਆ ਨਰਿੰਦਰ ਮੋਦੀ ਜੀ ਨੇ ਸਾਰੇ ਇੰਡੀਆ ਦੇ ਵਿੱਚ ਲਾਕਡਾਊਨ ਹੋ ਰਿਹਾ। ਭਾਈ ਸਾਹਿਬ ਅਸੀਂ ਹੁਣ ਹੈਰਾਨ, 27 ਮਾਰਚ ਨੂੰ ਬੈਚ ਸ਼ੁਰੂ ਹੋਣਾ, 23 ਮਾਰਚ ਨੂੰ ਲਾਕਡਾਊਨ। ਅਸੀਂ ਕੀ ਕੀਤਾ, ਕੋਈ ਟੈਕਨੋਲੋਜੀ ਯੂਜ਼ ਕੀਤੀ, ਪਹਿਲਾਂ ਐਕਸੈਪਟ ਕਰ ਲਿਆ ਸਾਰੇ, ਫਿਰ ਸਟੋਪ ਕਰਦੇ। ਹੁਣ ਥਰਡ ਕੀ ਕ੍ਰੀਏਟ ਏ ਨਿਊ ਪੋਸੀਬਿਲਿਟੀ। ਹੁਣ ਮੈਂ ਕੀ ਕੀਤਾ, ਰੱਬ ਨੇ ਕਰਵਾਇਆ, ਰੱਬ ਦੀ ਕਿਰਪਾ ਦੇ ਨਾਲ, ਰੱਬ ਹੀ ਦੇਖਦਾ, ਰੱਬ ਬੋਲਦਾ, ਨਿਊ ਪੋਸੀਬਿਲਿਟੀ ਕ੍ਰੀਏਟ ਕੀਤੀ ਕਿ ਹੁਣ ਅਸੀਂ ਕੀ ਕਰੀਏ। ਅਸੀਂ ਦੇਖਿਆ ਕਿ ਪੂਰੀ ਦੁਨੀਆ ਦੇ ਵਿੱਚ ਆਨਲਾਈਨ ਐਜੂਕੇਸ਼ਨ ਹੁੰਦੀ ਹੈ ਜੀ, ਸਾਡੇ ਕੋਲ ਕੋਈ ਪਲੇਟਫਾਰਮ ਨਹੀਂ ਆਨਲਾਈਨ ਦਾ। ਰਾਤੀ 23 ਮਾਰਚ ਨੂੰ ਆਫਿਸ ਮੀਟਿੰਗ ਕੀਤੀ, ਸਾਰੇ ਬੰਦੇ ਮੀਟਿੰਗ 'ਚ ਆਏ, 125 ਬੰਦੇ ਨੂੰ ਅਸੀਂ ਕਿਹਾ ਸਾਰੇ ਲੈਪਟਾਪ ਲੈ ਕੇ ਆਓ, ਲੈਪਟਾਪ ਲੈ ਕੇ ਆਏ, ਸਭ ਨੂੰ ਲੈਪਟਾਪ, ਕਈ ਲੈ ਕੇ ਨਹੀਂ ਗਏ ਸੀ, ਸਭ ਨੂੰ ਲੈਪਟਾਪ, ਸੈਲਫੋਨ ਦੇ ਦਿੱਤੇ। ਮੈਂ ਕਿਹਾ ਸਟਾਰਟ ਵਰਕਿੰਗ ਫਰੋਮ ਹੋਮ 23 ਮਾਰਚ ਨੂੰ, ਸਿਰਫ 23 ਮਾਰਚ 24 ਨਹੀਂ ਕੀਤੀ ਅਸੀਂ, 24 ਰਾਤੀ ਯੂਜ਼ ਕੀਤੀ, 24 ਨੂੰ ਸਾਰੇ 10 ਵਜੇ ਮੀਟਿੰਗ ਸੀ ਕੀ ਕਰਨਾ। ਔਰ ਰਾਤੀ ਅਸੀਂ ਪਲੈਨਿੰਗ ਕੀਤੀ ਬੈਠ ਕੇ ਵੀ 500 ਬੱਚੇ ਨੂੰ ਪੜ੍ਹਾਈਏ ਕਿਵੇਂ, ਜਾਂ ਫੀਸ ਵਾਪਸ ਕਰਨੀ ਪਏਗੀ, 20 ਲੱਖ ਦੀ ਕਿਤਾਬਾਂ ਖਰਾਬ ਹੋ ਰਹੀਆਂ ਨੇ। ਅਸੀਂ ਉਸੇ ਦਿਨ ਅਨਾਊਂਸ ਸਵੇਰੇ 7 ਵਜੇ ਇੱਕ ਕੰਪਨੀ ਨੂੰ ਕੰਟੈਕਟ ਕੀਤਾ, ਵਿਦ ਇਨ 3 ਡੇਜ਼ ਪੂਰੇ ਅਸੀਂ ਪੂਰਾ ਆਨਲਾਈਨ ਐਜੂਕੇਸ਼ਨ ਸ਼ੁਰੂ ਕਰ ਲਈ, ਆਪਣਾ ਪਲੇਟਫਾਰਮ ਬਣ ਗਿਆ, ਆਪਣੇ ਸਾਰੇ ਲੈਕਚਰ ਰਿਕਾਰਡ ਹੋਣੇ ਸ਼ੁਰੂ ਹੋ ਗਏ, ਸਾਰੀ ਕਿਤਾਬਾਂ ਨੈੱਟ 'ਤੇ ਪਾਤੀਆਂ, ਸਾਰੀਆਂ ਕਿਤਾਬਾਂ ਨੈੱਟ 'ਤੇ। 27 ਮਾਰਚ ਨੂੰ ਹਰ ਬੱਚੇ ਨੂੰ ਫੋਨ ਕਰਵਾਇਆ, ਹਰ ਬੱਚੇ ਨੂੰ ਨੈੱਟ 'ਤੇ ਜੁਆਇਨ ਕਰਵਾਇਆ, 27 ਮਾਰਚ ਨੂੰ ਬੈਚ ਸ਼ੁਰੂ ਹੋ ਗਿਆ ਜੀ। ਔਰ ਮੰਨੋਗੇ ਕਿੰਨੇ ਲੋਕ ਮੇਰੇ ਕੋਲ ਆਏ, ਮੈਨੂੰ ਕਹਿੰਦੇ ਨੇ ਸਰ ਜੀ ਤੁਹਾਡਾ ਤਾਂ ਪਲੇਟਫਾਰਮ ਹੈ ਹੀ ਨਹੀਂ ਸੀ, ਤੁਸੀਂ ਕਿਵੇਂ ਕਰ ਲਿਆ। ਮੈਂ ਕਿਹਾ ਜੀ ਟੈਕਨੋਲੋਜੀ ਆਫ ਬ੍ਰੇਕ ਡਾਊਨ ਜੀ। ਮੈਂ ਕੀ ਕੀਤਾ, ਮੈਂ ਸੋਚਿਆ ਨਹੀਂ, ਮੈਂ ਐਕਸੈਪਟ ਕੀਤਾ ਉਹਨੂੰ, ਮੈਂ ਰੋਇਆ ਨਹੀਂ। ਮੈਂ ਕੀ ਕੀਤਾ, ਨਵਾਂ ਐਕਸ਼ਨ ਲਿੱਤਾ, ਪਲੇਟਫਾਰਮ 3 ਦਿਨ ਹੀ ਕ੍ਰੀਏਟ ਕਰਤਾ, 3 ਦਿਨ ਵਿੱਚ। ਔਰ ਮੈਨੂੰ ਇੱਕ ਬੜੀ ਵੱਡੀ ਕੰਪਨੀ ਦਾ ਫੋਨ ਆਇਆ, ਉਹ ਕਹਿੰਦੇ ਸੋਚਿਆ ਜੀ ਤੂੰ ਡੁੱਬ ਜਾਓਗੇ, ਤੁਹਾਡੇ ਸਾਰੇ ਬੱਚੇ ਅਸੀਂ ਲੈ ਲਾਂਗੇ। ਉਹ ਛੱਡ ਕੇ ਉਹ ਸਾਡੇ ਕੋਲ ਹੋਰ ਬੱਚੇ ਆ ਗਏ, ਕਿਉਂਕਿ ਅਸੀਂ ਟੈਕਨੋਲੋਜੀ ਯੂਜ਼ ਕਰ ਰਹੇ ਸੀ ਉਹ ਟੈਕਨੋਲੋਜੀ। ਔਰ ਆਪ ਮੰਨੋਗੇ ਉਸ ਐਕਸ਼ਨ ਦਾ ਰਿਜ਼ਲਟ ਕੀ ਹੋਇਆ, 500 ਬੱਚੇ ਦੇ ਇਲਾਵਾ 200 ਬੱਚਾ ਹੋਰ ਆ ਗਿਆ, ਕਿਉਂਕਿ ਬੜੇ ਸਾਰੇ ਲੋਕ ਸੀ ਜਿਹਨਾਂ ਨੇ ਇਹ ਰਿਸੋਰਸ ਯੂਜ਼ ਕਰਨ ਤੋਂ ਪਹਿਲੇ ਸੋਚ ਰਹੇ ਸੀ। ਹਾਲੀ ਅਸੀਂ ਪਲੇਟਫਾਰਮ ਸ਼ੁਰੂ ਕਰ ਚੁੱਕੇ ਸੀ 27 ਮਾਰਚ ਨੂੰ, ਉਹਦਾ ਬੇਸ ਅਸੀਂ ਕੀ ਯੂਜ਼ ਕੀਤਾ, ਅਸੀਂ ਨਵੀਂ ਪੋਸੀਬਿਲਿਟੀ ਕ੍ਰੀਏਟ ਕੀਤੀ। ਅਸੀਂ ਵੇਖਿਆ ਕੋਈ ਬੱਚਾ ਸਗੋਂ ਪੂਰੇ ਇੰਡੀਆ ਤੋਂ ਹੱਸਦਾ, ਮੰਨੋਗੇ ਇੰਡੀਆ ਦੇ ਕਈ ਕਾਰਨਰ ਤੋਂ ਬੱਚਿਆਂ ਨੇ ਜੁਆਇਨ ਕੀਤਾ, ਔਰ ਅਸੀਂ ਕਾਮਯਾਬ ਹੋ ਗਏ। ਇਹ ਤੁਸੀਂ ਟੈਕਨੋਲੋਜੀ ਆਪਣੀ ਪੂਰੀ ਜ਼ਿੰਦਗੀ ਯੂਜ਼ ਕਰ ਸਕਦੇ ਹੋ, ਇਹਨੂੰ ਕਹਿੰਦੇ ਨੇ ਟੈਕਨੋਲੋਜੀ ਆਫ ਬ੍ਰੇਕ ਡਾਊਨ, 4 ਸਟੈਪ, ਐਕਸੈਪਟ ਬ੍ਰੇਕ ਡਾਊਨ, ਸਟੋਪ ਆਲ ਐਕਸ਼ਨ, ਥਰਡ ਕ੍ਰੀਏਟ ਏ ਨਿਊ ਪੋਸੀਬਿਲਿਟੀ, ਐਂਡ ਟੇਕ ਐਕਸ਼ਨ ਅਕੋਰਡਿੰਗ ਟੂ ਨਿਊ ਪੋਸੀਬਿਲਿਟੀ। ਇਹ ਸਾਰਾ ਮੈਂ ਤੁਹਾਨੂੰ ਸ਼ੇਅਰ ਕਰਨਾ ਸੀ। ਕੋਈ ਨਹੀਂ, ਇਸ ਦੇ ਨਾਲ ਹੀ ਜਿਹੜਾ ਮੈਂ ਜੋ ਚੀਜ਼ ਦੇਖ ਰਿਹਾ ਸੀਗਾ ਵੀਰ ਜੀ, ਦੋ ਚੀਜ਼ਾਂ ਚੱਲਦੀਆਂ। ਇੱਕ ਤੇ ਹੁੰਦਾ ਹੈ ਕਿ ਅਸੀਂ ਖੁਦ ਪਰਿਸਥਿਤੀਆਂ ਦੇ ਮਤਲਬ ਕਿ ਗੁਲਾਮ ਹੋ ਜਾਂਦੇ ਹਾਂ, ਪਰ ਕਿਸੇ ਜਗ੍ਹਾ 'ਤੇ ਇਹ ਹੁੰਦਾ ਹੈ ਕਿ ਪਰਿਸਥਿਤੀਆਂ ਸਾਡੇ ਗੁਲਾਮ ਹੋ ਜਾਂਦੀਆਂ ਨੇ। ਔਰ ਜੇ ਅਸੀਂ ਪਰਿਸਥਿਤੀਆਂ ਨੂੰ ਆਪਣੇ ਕੰਟਰੋਲ ਦੇ ਵਿੱਚ ਲੈ ਲਈਏ ਤਾਂ ਉਹੀ ਪਰਿਸਥਿਤੀਆਂ ਸਾਡੇ ਲਈ ਕਾਮਯਾਬੀ ਦਾ ਰਸਤਾ ਖੋਲ੍ਹ ਦਿੰਦੀਆਂ। ਨਹੀਂ ਤਾਂ ਮੈਂ ਤਾਂ ਕਈ ਵਾਰ ਐਸਾ ਵੀ ਦੇਖਿਆ ਕਿ ਕੁਝ ਲੋਕ ਜਿਹੜੇ ਆ ਉਹ ਇੱਕ ਛੋਟੀ ਜਿਹੀ ਚਾਬੀ ਗਵਾਚਣ ਤੋਂ ਵੀ ਰੋਂਦੇ ਦੇਖੇ ਗਏ। ਕੀ ਹੋਇਆ ਕਿ ਇੱਕ ਨਿੱਕੀ ਜਿਹੀ ਉਹਨਾਂ ਦੇ ਘਰ ਦੇ ਲੋਕ ਦੀ ਚਾਬੀ ਹੈ ਜਿਹੜੀ ਉਹ ਖੋ ਗਈ, ਅਤੇ ਇੱਕ ਛੋਟੀ ਜਿਹੀ ਚਾਬੀ ਨੇ ਉਹਨਾਂ ਨੂੰ ਜਿਹੜਾ ਦੁਖੀ ਕਰ ਦਿੱਤਾ। ਦੂਸਰੀ ਚੀਜ਼ ਮੈਂ ਇਸ ਜਗ੍ਹਾ 'ਤੇ ਇਹ ਵੀ ਦੇਖ ਰਿਹਾ, ਕਈ ਵਾਰ ਅਸੀਂ ਪਿਛਲੀਆਂ ਚੀਜ਼ਾਂ ਨੂੰ ਲੈ ਕੇ ਜ਼ਿਆਦਾ ਦੁਖੀ ਹੁੰਦੇ ਹਾਂ ਜੋ ਹੋ ਚੁੱਕੀਆਂ, ਜਿਨ੍ਹਾਂ ਦਾ ਕੋਈ ਹੱਲ ਨਹੀਂ, ਜਿਹੜੀਆਂ ਦਾ ਹੁਣ ਕੁਛ ਵੀ ਹੈ ਨਹੀਂ, ਮਤਲਬ ਕਿ ਵਜੂਦ ਹੀ ਖਤਮ ਹੈ, ਉਹ ਵੀ ਚੀਜ਼ਾਂ ਲੈ ਕੇ ਬੰਦਾ ਦੁਖੀ ਹੁੰਦਾ ਰਹਿੰਦਾ। ਔਰ ਮੈਂ ਇੱਕ ਚੀਜ਼ ਹੋਰ ਦੋਸਤੋ ਇਸ ਦੇ ਨਾਲ ਹੀ ਆਮ ਮੈਂ ਬੱਚਿਆਂ 'ਚ ਕਹਿੰਦਾ ਰਹਿੰਦਾ ਕਿ ਮੰਨ ਲਓ ਮੈਨੂੰ ਕਿਸੇ ਬੰਦੇ ਨੇ ਗਾਲ ਕੱਢ ਦਿੱਤੀ ਹੈ, ਗਾਲ ਕੱਢਣ ਵਾਲਾ ਤਾਂ 5 ਮਿੰਟ ਬਾਅਦ ਭੁੱਲ ਜਾਏਗਾ ਕਿਉਂਕਿ ਉਹਨੇ ਹੋਰ ਕਿਸੇ ਨੂੰ ਅੱਗੇ ਜਾ ਕੇ ਕੱਢਣੀਆਂ ਹੋਣਗੀਆਂ ਗਾਲਾਂ, ਪਰ ਮੇਰੀ ਕੰਡੀਸ਼ਨ ਇਹ ਹੋ ਜਾਏਗੀ ਕਿ ਮੈਨੂੰ ਉਹੀ ਗਾਲ ਹੈ ਜਿਹੜੀ 20 ਦਿਨ 'ਤੇ ਭੁੱਲੇਗੀ ਨਹੀਂ, 20 ਦਿਨਾਂ ਤੋਂ ਬਾਅਦ ਵੀ ਜੇ ਉਹ 2 ਸਾਲਾਂ ਬਾਅਦ ਮੈਨੂੰ ਮਿਲੇਗਾ, ਹੋਰ ਭਲੇ ਮੈਨੂੰ ਸਭ ਕੁਝ ਚੰਗਾ ਭੁੱਲ ਜਾਏ ਪਰ ਉਹ ਗਾਲ ਯਾਦ ਰਹੇਗੀ। ਮਤਲਬ ਕਿ ਇਹਦੇ ਵਿੱਚ ਜਿੰਨਾ ਵੀ ਦੁੱਖ ਦਾ ਅਸੀਂ ਕਹੀਏ ਕਿ ਇਹ ਕਾਰਨ ਹੈ, ਅਸੀਂ ਆਪਣੇ ਆਪ ਹੀ ਇਜ਼ਾਦ ਕਰਦੇ ਹਾਂ। ਰੱਬ ਤਾਂ ਕਿਸੇ ਨੂੰ ਦੁੱਖ ਨਹੀਂ ਦਿੰਦਾ ਕਿਉਂਕਿ ਗੁਰਬਾਣੀ ਤਾਂ ਕਹਿੰਦੀ ਹੈ ਤੁਮਰੀ ਕਿਰਪਾ ਮੈਂ ਸੁਖ ਘਨੇਰੇ, ਵੀ ਜੇ ਤੇਰੀ ਕਿਰਪਾ ਹੈ ਜਿਹੜੀ ਉਹਦੇ ਵਿੱਚ ਸੁੱਖ ਹੀ ਸੁੱਖ ਹੈ, ਜੇ ਸੁੱਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੇ। ਔਰ ਇਹ ਜਿਹੜੇ ਦੁੱਖ ਹੈ ਮੈਂ ਤੁਹਾਡੇ ਤੋਂ ਇਹੀ ਪੁੱਛਣਾ ਚਾਹਾਂਗਾ ਕਿ ਕੀ ਇਹ ਦੁੱਖਾਂ ਦਾ ਜਨਕ ਬੰਦਾ ਖੁਦ ਹੀ ਨਹੀਂ, ਕਿਉਂਕਿ ਇਹ ਪਰਿਸਥਿਤੀਆਂ ਦਾ ਗੁਲਾਮ ਹੋ ਕੇ ਦੁਖੀ ਹੋ ਰਿਹਾ, ਪਰਿਸਥਿਤੀਆਂ ਨੂੰ ਜੇ ਆਪਣੇ ਕੰਟਰੋਲ 'ਚ ਕਰ ਲਵੇ ਤੇ ਇਹ ਕਿੰਨਾ ਕੁ ਸੁਖੀ ਹੋ ਸਕਦਾ ਜਿਵੇਂ ਤੁਸੀਂ ਕੀਤਾ। ਵੀਰ ਜੀ ਨੇ ਕਮਾਲ ਕੀਤੀ ਹੈ, ਮੈਨੂੰ ਬੜੀ ਖੁਸ਼ੀ ਹੋ ਰਹੀ ਹੈ, ਮੈਂ ਹੱਸ ਰਿਹਾ ਵੀਰ ਜੀ ਖੁਸ਼ੀ ਟੀਵੀ ਮੈਨੂੰ ਅਗੇਨ ਰੱਬ ਦਾ ਸ਼ੁਕਰ ਹੈ ਮੈਨੂੰ ਤੁਸੀਂ ਮੌਕਾ ਦਿੱਤਾ ਵਿਚਾਰ ਸ਼ੇਅਰ ਕਰਨ ਦਾ। ਦੇਖੋ ਇੱਕ ਬੜੀ ਇੰਪੋਰਟੈਂਟ ਚੀਜ਼ ਯਾਦ ਰੱਖਣਾ, ਅਸੀਂ
ਜਿਹੜੀ ਸਪੇਸ ਹੁੰਦੀ ਹੈ ਨਾ, ਅਸੀਂ ਤਾਂ ਕੀ ਕਰਦੇ ਹਾਂ, ਆਪਣੇ ਹੰਕਾਰ ਚ ਆ ਜਾਂਦੇ ਹਾਂ। ਬਿਲਕੁਲ, ਦੇਖੋ ਮੈਂ ਜਬ ਇਹ ਜਾਣੇ ਮੈਂ ਕਿਛ ਕਰਤਾ ਤਬ ਲਗ ਗਰਭ ਜੋਨ ਮੈਂ ਫਿਰਤਾ, ਜਬ ਧਾਰੇ ਕੋ ਬੈਰੀ ਮੀਤ ਤਬ ਲਗ ਨਾ ਹੀ ਚੀਤ। ਹੁਣ ਦੇਖੋ ਲੋਕਾਂ ਦੀ ਖੁਸ਼ੀ ਕਿੱਥੇ ਵੇ, ਕੋਈ ਇਨਸਾਨ ਮੈਨੂੰ ਕਹਿੰਦਾ ਤੁਸੀਂ ਬੜੇ ਸੋਹਣੇ ਲੱਗ ਰਹੇ ਹੋ, ਮੈਂ ਡਾਂਸ ਕਰਨਾ ਸ਼ੁਰੂ ਕਰਤਾ। ਕਹਿੰਦੇ ਤੁਸੀਂ ਗੰਦੇ ਲੱਗ ਰਹੇ ਹੋ, ਮੈਂ ਰੋਣਾ ਸ਼ੁਰੂ ਕਰਤਾ, ਮੈਂ ਖਿਡੋਣਾ ਵਾਂ ਜਾਂ ਇਨਸਾਨ ਆ, ਦੱਸੋ ਜੀ ਮੈਂ ਖਿਡੋਣਾ ਬਣ ਗਿਆ ਨਾ। ਬਿਲਕੁਲ, ਹੁਣ ਇੱਕ ਮੈਂ ਤੁਹਾਨੂੰ ਇੱਕ ਦੇਖੋ ਬੰਦੇ ਆ ਕੁੜੀ ਦੀ ਗੱਲ ਕਰਾਂ ਤੇ ਲੜਕੀ ਆ ਬੰਦਾ ਇੱਕੋ ਹੈ ਮੇਰੇ ਵਾਸਤੇ, ਮੁੰਡੇ ਕੁੜੀ ਕੋਈ ਫਰਕ ਨਹੀਂ। ਇਹ ਸਮਾਜ ਨੇ ਲੜਕੀਆਂ ਨੂੰ ਥੱਲੇ ਕਰਕੇ ਉਹ ਡਾਊਨ ਕਰਕੇ, ਉਹ ਤੁਸੀਂ ਸ਼ਰਮੀਲੇ ਹੋ, ਤੁਸੀਂ ਵੀਕ ਹੋ, ਤੁਸੀਂ ਪਿਆਰੇ ਹੋ, ਤੁਸੀਂ ਇਨੋਸੈਂਟ ਹੋ, ਤੁਸੀਂ ਬੜੇ ਬਿਊਟੀਫੁਲ, ਇਹ ਗੱਲਾਂ ਕਹਿ ਕੇ ਵੀਕ ਕੀਤਾ ਤੁਹਾਨੂੰ। ਇਹ ਫੀਮੇਲਸ ਬਾਰੇ ਗੁਰੂ ਸਾਹਿਬ ਨੇ ਪਹਿਲੇ ਕਹਿ ਦਿੱਤਾ ਸੀ ਪ੍ਰਿੰਸੀਪਲ ਵਿੱਚ, ਅਗਰ ਸੱਚੇ ਪ੍ਰਿੰਸੀਪਲ ਫਾਲੋ ਕਰੋਗੇ ਲਾਈਫ ਬਦਲ ਜਾਏਗੀ। ਹੁਣ ਵੀਜੀ ਦੇ ਕੁਸ਼ਚਨ ਆ ਰਿਹਾ, ਕਿਉਂਕਿ ਅਸੀਂ ਜਦੋਂ ਗੁਰਬਾਣੀ ਦੀ ਗੱਲ ਕਰਦੇ ਹਾਂ ਮਸੂਦਾ ਕਰਨਾ ਸਾਡੇ ਵਾਸਤੇ ਰਿਪੀਟਿਡ ਟਾਕ ਹੋ ਗਈ ਹੈ, ਅਸੀਂ ਗੁਰਬਾਣੀ ਦੀ ਗੱਲ ਨੂੰ ਸਮਝਣ ਤੋਂ ਇਨਕਾਰ ਕਰਤਾ। ਇਹ ਸਾਡਾ ਸਾਰਾ ਬੜਾ ਦੁੱਖ ਦਾ ਕਾਰਨ, ਸਭ ਤੋਂ ਵੱਡਾ ਮੱਥਾ ਵੀ ਗੁਰੂ ਸਾਹਿਬ ਨੂੰ ਟੇਕਿਆ ਜਾ ਕੇ ਫਿਰ ਗੁਰੂ ਸਾਹਿਬ ਜੋ ਬੋਲਦੇ ਨੇ ਤੇ ਅਸੀਂ ਸੁਣਦੇ ਹੀ ਨਹੀਂ, ਤੁਹਾਨੂੰ ਗੁਰੂ ਨਾਲ ਗੱਲ ਕਰਨੀ ਪਏਗੀ। ਹੁਣ ਮੈਂ ਤੁਹਾਨੂੰ ਸਿੱਧੀ ਗੱਲ ਤੇ ਆ ਰਿਹਾ, ਜਿਹੜੀ ਮੈਂ ਗੱਲ ਕਹਾਂਗਾ ਉਹਦੇ ਵਿੱਚ ਤੁਹਾਨੂੰ ਰੱਬ ਮੇਰੇ ਕੋਲ ਬੁਲਵਾ ਰਿਹਾ, ਰੱਬ ਕਹਿ ਰਿਹਾ ਉਹ ਤੁਹਾਨੂੰ ਉਹਦੀ ਪਾਵਰ ਮਿਲੇਗੀ। ਹੁਣ ਮੈਂ ਕੁਸ਼ਚਨ ਪੁੱਛ ਰਿਹਾ ਜੀ, ਹੁਣ ਸਭ ਨੂੰ ਕੁਸ਼ਚਨ, ਦਰਸ਼ਕਾਂ ਨੂੰ ਆਂਸਰ ਤੁਸੀਂ ਨਹੀਂ ਕਰੋਗੇ, ਭਾਵੇਂ ਤੁਸੀਂ ਉਹ ਕਰ ਦੇਣਾ ਚੈਟ ਤੇ ਦੱਸਣਾ, ਦੱਸ ਦੇਣਾ। ਮੈਂ ਤੁਹਾਨੂੰ ਕਿਹਾ ਤੁਸੀਂ ਲੈਪਟਾਪ ਹੋ, ਫਿਰ ਮੈਂ ਤੁਹਾਨੂੰ ਕਿਹਾ ਤੁਸੀਂ ਪ੍ਰੋਜੈਕਟਰ ਹੋ, ਫਿਰ ਮੈਂ ਤੁਹਾਨੂੰ ਕਿਹਾ ਜੀ ਤੁਸੀਂ ਨਾ ਸੈੱਲ ਫੋਨ ਹੋ, ਫਿਰ ਮੈਂ ਤੁਹਾਨੂੰ ਕਿਹਾ ਤੁਸੀਂ ਬੇਵਕੂਫ ਹੋ, ਤੁਸੀਂ ਕੀ ਫੜੋਗੇ, ਲਾਸਟ ਵਾਲੇ ਨੂੰ ਫੜ ਲੈਣਾ ਜਿਹੜਾ ਜਿਹੜਾ ਮਤਲਬ ਕਿ ਹਰਟ ਕਰਨ ਵਾਲਾ, ਜੋ ਚੰਗੀਆਂ ਚੀਜ਼ਾਂ ਕਹੀਆਂ ਉਹ ਅਸੀਂ ਭੁੱਲ ਜਾਣਾ। ਨਾ ਜੀ ਨਾ, ਇੱਥੇ ਗੱਲ ਨਹੀਂ ਟਿਕਦੀ। ਅਸੀਂ ਕੀ ਕੀਤਾ, ਅਸੀਂ ਲੈਪਟਾਪ ਮੈਂ ਨਹੀਂ ਹੋ ਸਕਦਾ, ਪ੍ਰੋਜੈਕਟਰ ਮੈਂ ਨਹੀਂ ਹੋ ਸਕਦਾ, ਸੈੱਲ ਫੋਨ ਮੈਂ ਨਹੀਂ ਹੋ ਸਕਦਾ, ਬੇਵਕੂਫ ਮੈਂ ਹੋ ਸਕਦਾ ਵਾ, ਬੇਵਕੂ ਬਣ ਗਏ। ਹਾਂਜੀ, ਹੁਣ ਦੇਖੋ ਅਸੀਂ ਰਹਿਣਾ ਇਨਸਾਨਾਂ ਦੇ ਵਿੱਚ, ਇਨਸਾਨਾਂ ਨਾਲ ਕਮਿਊਨੀਕੇਸ਼ਨ ਵੀ ਹੋਏਗਾ, ਉਹ ਕਮਿਊਨੀਕੇਸ਼ਨ ਨੂੰ ਡੀਲ ਕਿਵੇਂ ਕਰੀਏ। ਬਿਲਕੁਲ, ਪਹਿਲਾਂ ਤਾਂ ਕੁਸ਼ਚਨ ਆ ਗਿਆ। ਹੁਣ ਦੇਖੋ ਮੈਂ ਅਗਰ ਮੈਨੂੰ ਮੰਨ ਲਓ ਕਿਸੇ ਨੇ, ਹੁਣ ਮੈਂ ਤੁਹਾਨੂੰ ਇੱਕ ਬੜੀ ਇੰਪੋਰਟੈਂਟ ਚੀਜ਼ ਦੱਸ ਰਿਹਾ, ਅਸੀਂ ਕਿਉਂ ਮਰਦੇ ਹਾਂ, ਛੋਟੇ ਬੱਚੇ ਕੋਲ ਸਿੱਖਣਾ, ਛੋਟਾ ਬੱਚਾ ਰੱਬ ਦਾ ਰੂਪ ਕਹਿੰਦੇ ਹਾਂ ਅਸੀਂ ਜੀ, ਛੋਟੇ ਬੱਚੇ ਨੂੰ ਨਾ, ਅਬ ਮੈਂ ਤੁਹਾਨੂੰ ਚਲੋ ਆਪਣੇ ਸਰੀਰ ਬਾਰੇ ਗੱਲ ਕਰਨਾ, ਤੁਹਾਡੇ ਸਰੀਰ ਦੇ ਵਿੱਚ ਪਾਣੀ ਪਾਇਆ ਪੀਤਾ, ਉਹ ਪਾਣੀ ਰੁਕ ਗਿਆ ਜੀ, ਉਹ ਪਾਣੀ ਬਾਰਾਂ ਤੋਂ ਇਨਕਾਰ ਕਰ ਦਿੰਦਾ, ਤੁਹਾਡੀ ਲਾਈਫ ਲੋਕ ਕਹਿੰਦੇ ਨੇ 4-5 ਤੋਂ ਉੱਪਰ ਨਹੀਂ ਹੈਗੀ ਜੀ, ਤੁਹਾਡੇ ਅੰਦਰ ਹਵਾ ਜਾਏਗੀ, ਹਵਾ ਰੁਕ ਗਈ 2-2.5-3-4-5 ਮਿੰਟ ਬੰਦਾ ਗਾਇਬ ਜੀ, ਤੁਸੀਂ ਰੋਟੀ ਖਾਧੀ ਰੋਟੀ ਦੇ ਅੰਦਰ ਜਾ ਕੇ ਫਸ ਗਈ, ਪ੍ਰਿੰਸੀਪਲ ਕੀ ਹੈ, ਨਹੀਂ ਕੱਢੋਗੇ ਨਹੀਂ ਨਿਕਲੇਗੀ, 15-13-18 ਬੰਦਾ ਗਾਇਬ, ਬੰਦਾ ਮਰ। ਬਿਲਕੁਲ ਬਿਲਕੁਲ, ਉਹ ਸੇਮ ਇਹ ਪ੍ਰਿੰਸੀਪਲ ਨੇ, ਸੇਮ ਮਾਈਂਡ ਦਾ ਪ੍ਰਿੰਸੀਪਲ ਹੈ। ਪ੍ਰਿੰਸੀਪਲ ਕੀ ਹੈ, ਇਹਦੇ ਚ ਮੈਂ ਤੁਹਾਨੂੰ ਗਾਣਾ ਹੀ ਸੁਣਾ ਦੇਣਾ ਜੀ, ਕਹਿੰਦੇ ਹਰ ਏਕ ਸੁਬਾ ਕੀ ਸ਼ਾਮ ਹੋਈ, ਹਰ ਸਵੇਰ ਦੀ ਰਾਤ ਬਣੀ ਹੋਣੀ ਹੈ, ਸਵੇਰ ਤੇ ਖੁਸ਼ ਰਹਿਣਾ, ਰਾਤ ਤੇ ਖੁਸ਼ ਰਹਿਣਾ ਪਏਗਾ। ਹੁਣ ਜਿਹੜਾ ਦਿਨ ਹੈ ਤੇ ਰਾਤ ਆਏਗੀ, ਸੁੱਖ ਤੇ ਦੁੱਖ ਆਏਗਾ। ਹੁਣ ਤੁਸੀਂ ਕੀ ਕਰੋਗੇ, ਲੀਡਰਸ਼ਿਪ ਕੀ ਹੈ, ਆਪਣੀ ਈਗੋ ਛੱਡ ਕੇ ਗੱਲ ਨੂੰ ਹੋਲਡ ਨਹੀਂ ਕਰਨਾ। ਹੁਣ ਮੈਨੂੰ ਕਿਸੇ ਨੇ ਗੱਲ ਕੀਤੀ, ਤੁਸੀਂ ਬੇਵਕੂਫ ਹੋ, ਮੈਂ ਉਹਨੂੰ ਹੋਲਡ ਕਰ ਲਿਆ, ਮੈਂ ਮਰ ਜਾਗਾ ਹੌਲੀ ਹੌਲੀ। ਬਿਲਕੁਲ ਬਿਲਕੁਲ, ਤੁਸੀਂ ਆਪਣੀ ਜ਼ਿੰਦਗੀ ਚ ਕੁਛ ਅਸੀਂ ਪਾਸਟ ਦੀ ਚੀਜ਼ਾਂ ਨੇ ਜਿਹੜੀਆਂ ਹੋਲਡ ਕੀਤੀਆਂ ਹੋਈਆਂ ਨੇ, ਔਰ ਉਹ ਪਾਸਟ ਤੁਹਾਨੂੰ ਅੱਜ ਤੰਗ ਕਰ ਰਿਹਾ। ਪਤਾ ਕੀ ਹੈ, ਬੜੀ ਜ਼ਬਰਦਸਤ ਤੁਹਾਨੂੰ ਗੱਲ ਕਹਿ ਰਿਹਾ, ਇੱਕ ਅਸੀਂ ਟ੍ਰੇਨਿੰਗ ਕਰਦੇ ਹਾਂ, ਇੱਕ ਹੁੰਦਾ ਮੇਰਾ ਪਾਸਟ, ਇੱਕ ਮੇਰਾ ਪ੍ਰੈਜੈਂਟ ਹੈ, ਇੱਕ ਮੇਰਾ ਫਿਊਚਰ ਹੈ। ਹੁਣ ਛੋਟਾ ਬੱਚਾ ਹੈ, ਛੋਟੇ ਬੱਚੇ ਦਾ ਪਾਸਟ ਕੁਛ ਨਹੀਂ ਹੈਗਾ, ਉਹ ਭੁੱਲ ਜਾਂਦਾ, ਉਹਨੂੰ ਕਹੋ ਤੁਹਾਨੂੰ ਡਾਂਟ ਦਿਓ, ਫਿਰ ਕਹੋ ਚੋਕਲੇਟ ਲੈ, ਉਹ ਹੱਸਣਾ ਸ਼ੁਰੂ ਹੋ ਜਾਏਗਾ, ਹਾਂ ਮੈਂ ਚੋਕਲੇਟ ਖਾ ਲੂੰਗਾ, ਉਹਨੂੰ ਯਾਦ ਹੀ ਨਹੀਂ ਹੈਗਾ ਮੈਨੂੰ ਕੀ ਕਿਹਾ ਸੀ ਪਹਿਲੇ। ਬਿਲਕੁਲ ਬਿਲਕੁਲ, ਭਾਈ ਛੋਟੇ ਬੱਚੇ ਬਣ ਜਾਓ, ਗੁਰੂ ਸਾਹਿਬ ਨੇ ਤੁਹਾਨੂੰ ਛੋਟਾ ਬੱਚਾ ਰੱਬ ਨੂੰ ਕਿਉਂ ਕਹਿੰਦੇ ਆ, ਉਹਨੂੰ ਉਹਦੇ ਕੋਲ ਪਾਸਟ ਨਹੀਂ ਹੈਗਾ, ਹੁਣ ਤੁਸੀਂ ਜਿਹੜਾ ਪਾਸਟ ਹੋਲਡ ਕੀਤਾ ਤੁਸੀਂ ਬਿਮਾਰ ਪੈ ਗਏ। ਬਿਲਕੁਲ, ਕੋਈ ਬੰਦਾ ਚਲੇ ਗਿਆ, ਹੁਣ ਅਲਾਨੀਆਂ ਦਾ ਪਾਠ ਹੁੰਦਾ, ਅਲਾਨੀਆਂ ਦਾ ਪਾਠ ਜਿਹੜਾ ਗੁਰੂ ਸਾਹਿਬ ਨੇ ਇੱਕੋ ਇੱਕੋ ਹੀ ਕਰਤਾ ਸਭ ਦਾ, ਲੋਕ 4 ਤਰ੍ਹਾਂ ਦੀ ਅਲਾਨੀਆਂ ਕਰਦੇ ਸੀ, 4 ਤਰ੍ਹਾਂ ਦੇ ਸਿਸਟਮ ਫਾਲੋ ਕਰਦੇ ਸੀ, ਛੋਟਾ ਬੱਚਾ ਮਰ ਗਿਆ ਲਾਗੇ ਵੱਡਾ, ਗੁਰੂ ਸਾਹਿਬ ਨੇ ਕਿਹਾ ਸਭ ਆਨੰਦ ਪਿਆ, ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਕੋਈ ਨੇਚਰ ਦੀ ਚੀਜ਼ ਹੈ, ਜਿਹੜਾ ਮੌਤ ਨੂੰ ਐਕਸੈਪਟ ਨਹੀਂ ਕਰਦਾ ਉਹ ਜ਼ਿੰਦਗੀ ਚ ਖੁਸ਼ੀ ਨਹੀਂ ਰਹਿ ਸਕਦਾ। ਬਿਲਕੁਲ, ਜਿਹੜਾ ਜਿੱਤ ਨੂੰ ਜਿੱਦਾਂ ਜਿੱਤ ਜਾਂਦਾ, ਹਾਰ ਨੂੰ ਐਕਸੈਪਟ ਕਰਨਾ ਨਹੀਂ ਜਾਂਦਾ, ਉਹ ਖੁਸ਼ੀ ਨਹੀਂ ਰਹਿ ਸਕਦਾ। ਹੁਣ ਯਾਦ ਰੱਖੋ, ਭਾਵੇਂ ਇੰਡੀਆ ਪਾਕਿਸਤਾਨ ਮੈਚ ਹੋਇਆ ਸੀ, ਹੁਣ ਦੀ ਗੱਲ ਕਰ ਰਿਹਾ, ਇੱਕ ਜਿੱਤ ਦੇ ਹਾਰੇ, ਅਗਰ ਸਿਰਫ ਤੂੰ ਜਿੱਦੇ ਹੀ ਰਹੋਗੇ ਤਾਂ ਜਿੱਤ ਦੀ ਖੁਸ਼ੀ ਖਤਮ ਹੋ ਜਾਏਗੀ। ਬਿਲਕੁਲ ਬਿਲਕੁਲ, ਫਿਰ ਸਾਨੂੰ ਕਹਿੰਦਾ ਫਾਈਨਲ ਦੇਖ ਲੈਂਗੇ, ਇਹ ਇੱਕ ਸਿਸਟਮ ਬਣਿਆ ਹੋਇਆ, ਡਿਸਪਾਈਟ ਆਫ ਇੰਜੋਇੰਗ ਦੈਮ ਵੀ ਇਨਵੋਲਵ ਅਵਰਸੈਲਫ ਐਂਡ ਵੀ ਹੋਲਡ ਦ ਥਿੰਗਸ। ਪਹਿਲੀ ਗੱਲ, ਚੀਜ਼ਾਂ ਨੂੰ ਹੋਲਡ ਕਰਨਾ ਬੰਦ ਕਰ ਦਿਓ ਜੀ, ਔਰ ਜੇ ਤੁਸੀਂ ਹੋਲਡ ਕਰੋਗੇ ਚੀਜ਼ਾਂ ਨੂੰ ਤੁਸੀਂ ਮਰ ਜਾਓਗੇ। ਸਤਿਗੁਰੂ ਮੇਰਾ ਨਿਤ ਨਵਾਂ
ना आवे ना जाए, रोज नवा जी, रोज नवी सोच, अगे वधो नवी सोच लैके, पास नूं खतम कर दियो। हुण अगर तुसीं मैनूं कहो, मैं तुहानूं इक एक्सरसाइज दस देना, ओ तुहानूं शायद शायद अगर तुसीं इंप्लीमेंट कर दियो, देखो ओ तां तुहानूं एक्सरसाइज ही करनी पेगी। देखो एक होंदी है चेंज, एक होंदी है ट्रांसफॉर्मेशन, लैक्चर नाल कुछ नहीं होंदा किसे दा जी, चेंज नाल चेंज, मैं बोली जावांगा होर लैक्चर हो जांदे ने, किन्ने घंटे लैक्चर हो जांदे ने, असीं उत्थे उत्थे रहिंदे आ, एक्सपीरियंस हुंदा है जी। मैं अज तो 8 साल पहले, 10 साल पहले, यानी मैं अज तो 40 साल पहले साइकिल चलानी सीखी, साइकिल चलानी, अज भी साइकिल मैं चला लेना जी, जो तो मैं 40 साल बाद भी वो चीज कर लेना, आज मैं स्विमिंग सीखी, यह मेरा पार्ट बन गया, उन 3 साल बाद मैं अचानक पानी डिग गया तो मैं स्विमिंग करनी शुरू करती, एनु कहंदे ने ट्रांसफॉर्मेशन जी। चेंज ते ट्रांसफॉर्मेशन फर्क है, ट्रांसफॉर्मेशन ऑलवेज कम इन एक्शन, असि एक्शन लैन नूं तैयार नहीं, असि कहंदे आ सानूं कोई फॉर्मूला दस जाए बिल्कुल, असि वो फॉर्मूला यूज करके अपने आप नूं चेंज नवे लेवल ते आ जी, ना ना, तुहानूं ट्रांसफॉर्मेशन वास्ते एक्शन लैना पवेगा, रिजल्ट लैन वास्ते तुहानूं एक्शन लैना पवेगा। ओ हुण एक्शन की लईए, हुण गुरु साहब ने की कीता, किरत बोलीए, किरत जिंदे हाथ दे विच किरत नहीं ओ बंदा कदी भी रब नूं प्राप्त नहीं कर सकदा, मैं दसदा पहले, ताई गुरु नानक देव जी ने जीवन जी के विखाया, ओ सारा पहले किरत दी गल कीती। हुण इवन तुसीं श्री कृष्ण जी दी गल करिए, उन्हां ने भी जदों आए ने उन्होंने कहा की करो, कर्म करो, असीं गुरु नानक देव जी क्लियर करदा कर्म किहड़ा, कर्म किरत दा करो, किरत दा मतलब की है, जिहड़ा काम तुसीं करदे हो, जिहड़ा तुहाडा सोर्स हैगा, सोर्स ऑफ इनकम शुड बी क्लियर, तुहाडा सोर्स ऑफ इनकम होना चाहिए जिंदे सर्वदा भला होए, इंप्लीमेंट करोगे तो ट्रांसफॉर्मेशन पॉसिबल है। की करना है मैं तुम दसना, हूं मैं ना एक चीज सीखी थी एक्नोलेजमेंट, मैं ना एक स्कूल दे बाहर गया, करना पेगा, मैं तुम्हें होमवर्क दे रहा समझ लो, फिर अभी दोबारा भी मिलेंगे, होमवर्क की है, मैं ना स्कूल के बाहर गया तो ना उ दो तीन चौकीदार खड़े थे, चार चौकीदार खड़े से, उन्होंने चारे चौकीदार ना बड़े थोड़े बैठे से, उन्होंने कहा अपना नाम लिखाओ, एक बंदा आया गुस्से च, कहता सैलफोन क्यों जमा कराए सैलफोन तुझे, हम अंदर जाएंगे, फिर वो कहता अपना नाम लिखा दो, वो चले गया, फिर मैं खड़ा सी मैं वेखता रहा, एक बंदा होर आया, वो भी उन्होंने कहता क्या आया तू मजाक बनाया तुम लोगों ने, तुम यही काम करते जाते हो, तंग करते जाते हो, नाम लिखो ये करो वो करो, तो चोर लगते हैं, तो पेरेंट्स हैं, वो चले गए ना, मैं उते खड़ा रहा, ते मैं बच्चों को मैं चारों खड़ा कर लिया अपने सामने, मैं क्या मैं आपसे एक बात शेयर करना चाहता हूँ, कहने की मैं क्या यार तुम लोग ना बड़े अच्छे इंसान हो, तुम अपनी ड्यूटी किरत बड़ी अच्छी तरह कर रहे हो जी, ये स्कूल में ना 1500 बच्चा पढ़ता है, अगर 1500 बच्चा प्रिंसिपल वहां पे आगे बैठा ना तो तुम भी यहां बैठे हो, प्रिंसिपल अपनी ड्यूटी दे रहा है, तुम्हारी ड्यूटी दे, सारी ड्यूटियां इक्वल है भगवान के दरबार में, तुम सेवा का काम करते हो, तुम बच्चों में रहते हो, बच्चे भगवान का रूप है, और तुम अपनी सेवा बड़ी अच्छी तरीके से कर रहे हो, मैं नाम भी लिखाया, फिर मैं क्या मैं जेरे ओ, फिर सारी गल दसी, मैं कहा तुम बड़ा चंगा, कभी अपने आप को ना दूसरों के अंदर मत देखना, तुम जैसे उदास हो गए थे, उसने बोला, वो बोल के चले गया, उसको कोई लेना देना नहीं है, तुम उसको नहीं देखोगे, तुम अपने कर्म को देखोगे, फिर मैं दूसरी गल की थी उन्होंने, मैं कहा मैं तुमको माफी मांगना चाहना जी, कहते हैं सर जी आप तो इतने अच्छे बातें कर रहे हो, आप माफी क्यों मांग रहे हो, मैं कहा जी मैं ना एक पेरेंट हूं किसी बच्चे का, मेरी तरह के कई पेरेंट्स आए, मैं सारे पेरेंट्स की तरफ से आपसे एक माफी मांगना चाहता हूँ, जितने लोगों ने आपको हर्ट किया जी, जिन्होंने आपके काम को नहीं सराहा, क्योंकि हम जीते हैं कंपेरिजन में, हम जीते हैं शब्दों के पे, हम जीते हैं कम्युनिकेशन पे, जो दूसरे देते हैं जो वे जानते भी नहीं है, और अपना कई बार पास गुस्से में बदल लेते हैं जी, हम अपने काम को डिसऑनर करना शुरू कर देते हैं, अगर आप ऐसा कर रहे हो तो भगवान के आप भगवान का जो नेचर है उसके गेस्ट वर्क कर रहे हो, आज से तुम अपनी खुशी इन लोगों में नहीं ढूंढोगे, और मैं आपसे दिल से माफी मांगता हूँ बिल्कुल, कि मुझे माफ कर दो यार, ये सारे पेरेंट जिन्होंने आज तक आपको हर्ट किया, आपको गलत बोला, आपको कुछ बोला, प्लीज उनको माफ कर दीजिए, और मैं मुझे अपना एक रजिस्टर दीजिए, मैं आप चारों पांचों के बारे में कुछ लिखना चाहता हूँ, मैं उन्होंने रजिस्टर मंगाया तो उनके कमेंट लिखे, मैं थैंकफुल हाँ, मैंने सर्विस प्रोवाइड की गई ने, थैंक यू, इस तरह के वॉचमैन रखे ने, वॉचमैन दे आर रियल गुड पीपल, इन्होंने पूरी इस तरह किया, और मैं उन्होंने कहा कि सानू प्लीज इन्होंने अथॉरिटी दो इस तरह के पेरेंट्स रोकने की,
ਤਾਂ ਕਿ ਅਸੀਂ ਸਕੂਲ ਨੂੰ ਹੋਰ ਚਲਾ ਸਕੀਏ। ਇਹਨੂੰ ਕਹਿੰਦੇ ਨੇ ਇਕਨੋਲੇਜਮੈਂਟ ਜੀ। ਹੁਣ ਇਕਨੋਲੇਜਮੈਂਟ ਤੁਸੀਂ ਤੁਹਾਨੂੰ ਮੈਂ ਐਕਸਾਈਜ਼ ਦੇ ਰਿਹਾ ਕਰਨ ਵਾਸਤੇ, ਹੁਣ ਤੁਸੀਂ ਕੀ ਕਰਨਾ ਜੀ? ਦੇਖੋ ਹੁਣ ਗੁਰੂ ਨਾਨਕ ਦੇਵ ਜੀ ਆਏ, ਗੁਰੂ ਸਾਹਿਬ ਨੇ ਨਾ ਵੇਖਿਆ ਸੱਜਣ ਠਾਕੁਰ ਦੇਖਿਆ ਸੱਜਣ ਠਾਕੁਰ ਸੀ ਜੀ। ਗੁਰੂ ਸਾਹਿਬ ਨੇ ਕਿਹਾ, ਅਸੀਂ ਕਹਿੰਦੇ ਹਾਂ ਠਾਕੇ, ਗੁਰੂ ਸਾਹਿਬ ਕਹਿੰਦੇ ਨੇ ਯਾਰ ਪੁੱਲਾ ਪੁੱਲਾ ਜਿਹੜਾ ਭੁੱਲ ਗਿਆ। ਉਹ ਤਰਸ ਕਰਦੇ ਨੇ, ਸਾਨੂੰ ਗੁੱਸਾ ਆਉਂਦਾ, ਅਸੀਂ ਚੋਰ ਨੂੰ ਵੇਖ ਕੇ ਗੁੱਸਾ ਕਰਦੇ ਹਾਂ, ਗੁਰੂ ਸਾਹਿਬ ਕਹਿੰਦੇ ਨੇ ਭੁੱਲਿਆ ਜੀ। ਰਾਕਸ਼ਸ ਕੌਟੇ ਰਾਕਸ਼ਸ ਗੁਰੂ ਸਾਹਿਬ ਵੇਖ ਕੇ ਕੀ ਕਹਿੰਦੇ ਨੇ? ਭੁੱਲਿਆ, ਅਸੀਂ ਕਹਿੰਦੇ ਹਾਂ ਕੌਟਾ ਰਾਕਸ਼ਸ ਹੈ। ਜਿਹੜੀ ਅਸੀਂ ਭਾਸ਼ਾ ਬੋਲਦੇ ਹਾਂ, ਦੇਖੋ ਇਹ ਜਿਹੜੀ ਤੁਸੀਂ ਮੈਂ ਤੁਹਾਨੂੰ ਸ਼ੇਅਰ ਕਰ ਰਿਹਾ ਅੱਜ, ਇਹ ਤੁਸੀਂ ਯੂਜ਼ ਕਰਨੀ ਹੈ ਆਪਣੇ ਬੱਚਿਆਂ ਵਾਸਤੇ, ਆਪਣੇ ਪਰਿਵਾਰ ਵਾਸਤੇ, ਆਪਣੇ ਰਿਲੇਟਿਵ ਵਾਸਤੇ, ਆਪਣੀ ਜ਼ਿੰਦਗੀ ਵਾਸਤੇ। ਕੀ ਕਰਨਾ? ਇੱਕ ਐਕਸਾਈਜ਼ ਫਿਰ ਤੁਹਾਨੂੰ ਕਰਨੀ ਪਏਗੀ, ਇੱਕ ਐਕਸਾਈਜ਼ ਤੁਹਾਨੂੰ ਮੈਂ ਦਿੱਤੀ, ਇੱਕ ਸਾਈਜ਼ ਹੋਰ ਦੇ ਰਿਹਾ ਜੀ। ਕੋਈ ਐਸਾ ਇਨਸਾਨ ਢੂੰਡੋ ਜਿਹੜਾ ਤੁਹਾਡੇ ਸਰਕਲ 'ਚ ਜਿਹਦੇ ਨਾਲ ਤੁਹਾਨੂੰ ਕੋਈ ਕੰਪਲੇਂਟ ਹੈ ਜੀ। ਹੁਣ ਮੈਂ ਤੁਹਾਨੂੰ ਆਪਣੀ ਸ਼ੇਅਰ ਕਰ ਲਵਾਂ, ਇਹ ਪਰਸਨਲ ਗੱਲ, ਪਰ ਇਹ ਗਲਤੀ ਨਾਲ ਸ਼ੇਅਰ ਨਾ ਕਰਨਾ, ਮੇਰੀ ਵਾਈਫ ਨੂੰ ਪਤਾ ਲੱਗ ਗਿਆ ਫਿਰ ਗੜਬੜ ਹੋ ਜਾਏਗੀ ਜੀ। ਤੁਹਾਨੂੰ ਦੱਸਿਆ ਕਿਸੇ ਪਤਾ ਦੱਸਣਾ ਨਹੀਂ ਕਿਸੇ ਨਾਲ ਤੁਸੀਂ। ਹੋਇਆ ਕਿ ਜੀ ਮੈਂ ਨਾ ਮੈਨੂੰ ਮੈਂ ਬੈਠਾ ਸੀ, ਟ੍ਰੇਨਿੰਗ ਲੈ ਰਿਹਾ ਸੀ, ਉਹਨਾਂ ਨੇ ਕਿਹਾ ਇੱਕ ਐਸਾ ਢੂੰਡੋ ਬੰਦਾ ਜਿਹਨਾਂ ਤੁਹਾਨੂੰ ਕੋਈ ਕੰਪਲੇਂਟ ਹੋਏ ਜੀ। ਹੁਣ ਤੁਸੀਂ ਢੂੰਡੋ, ਤੁਹਾਡੇ ਪਿਤਾ ਜੀ ਉਸਦੇ, ਤੁਹਾਡੀ ਮੰਮੀ ਉਸਦੀ, ਤੁਹਾਡੇ ਵਾਈਫ ਉਸਦੀ, ਹਸਬੈਂਡ ਉਸਦਾ, ਬੱਚਾ ਉਸਦਾ, ਕੋਈ ਵੀ ਉਸਦਾ, ਇੱਕ ਬੰਦਾ ਢੂੰਡਣਾ ਪਏਗਾ। ਐਕਸਾਈਜ਼ ਤੁਹਾਨੂੰ ਕਰਨੀ ਪੈਣੀ ਹੈ, ਨੋਟ ਕਰ ਲਓ। ਅਤੇ ਐਕਸਾਈਜ਼ ਦੇ ਵਿੱਚ ਤੁਸੀਂ ਵੇਖੋਗੇ ਫਿਰ ਪਹਿਲਾਂ ਤਾਂ ਕੰਪਲੇਂਟ ਹੈਗੀ ਤੁਹਾਨੂੰ ਜੀ, ਦੂਜਾ ਦੇਖਣਾ ਹੈ ਕਿ ਕੰਪਲੇਂਟ ਕੀ ਹੈ। ਕੰਪਲੇਂਟ ਸ਼ੁੱਡ ਬੀ ਸਪੈਸੀਫਿਕ ਜੀ। ਹੁਣ ਤੁਹਾਨੂੰ ਲੱਭਣ ਵਾਸਤੇ ਮੈਂ ਹੈਲਪ ਕਰ ਦੇਣਾ, ਪਰ ਗੱਲ ਬਾਹਰ ਨਹੀਂ ਜਾਣੀ ਚਾਹੀਦੀ, ਤੁਹਾਡੀ ਮੇਰੀ ਹੋ ਰਹੀ ਹੈ, ਘਰ ਪਹੁੰਚ ਗਈ ਮੇਰਾ ਬੁਰਾ ਹੋ ਜਾਏਗਾ ਹਾਲ। ਠੀਕ ਹੈ ਜੀ, ਉਹ ਮੈਨੂੰ, ਮੈਂ ਵੇਖਿਆ ਮੇਰੀ ਵਾਈਫ, ਮੇਰੀ ਵਾਈਫ ਜੋ ਹੈਗਾ ਮੈਨੂੰ ਉੱਚਾ ਬੋਲਦੀ ਹੈ। ਹੁਣ ਮੈਂ ਕੰਪਲੇਂਟ ਲੱਭ ਲਈ, ਵਾਈਫ ਲੱਭ ਰਹੀ, ਹੁਣ ਤੁਸੀਂ ਵਾਈਫ ਨਹੀਂ ਲੱਭਣੀ, ਹਸਬੈਂਡ ਨਹੀਂ ਲੱਭਣਾ, ਤੁਸੀਂ ਕੋਈ ਬੰਦਾ ਲੱਭ ਸਕਦੇ ਹੋ, ਇਟ ਕੈਨ ਬੀ ਪਿਓਰ ਸਕੂਲ ਪ੍ਰਿੰਸੀਪਲ, ਇਟ ਕੈਨ ਬੀ ਕੋਲੀਗ, ਐਨੀਬਾਡੀ। ਪਹਿਲਾਂ ਬੰਦਾ ਟੁੱਟਣਾ, ਦੂਜਾ ਹੁੰਦੇ ਨਾ ਉਹਦੀ ਕੰਪਲੇਂਟ ਕੀ ਹੈ। ਕੰਪਲੇਂਟ ਕੀ? ਮੇਰੀ ਵਾਈਫ ਦੀ, ਵਾਈਫ ਨੂੰ ਉੱਚਾ ਬੋਲਦੀ ਹੈ। ਹੁਣ ਸੋਚੋ, ਦੇਖੋ ਸੋਚਣਾ ਹੈ, ਸੋਚਣਾ ਦੁਆਰਾ ਬੋਲ ਰਿਹਾ, ਲਿਖ ਕੇ ਕਰਨਾ ਲਿਖ ਕੇ ਕਰ ਲਓ, ਤੁਹਾਡੀ ਜਿਹੜੇ ਬੰਦੇ ਨਾਲ ਕੋਈ ਕੰਪਲੇਂਟ ਹੈ ਉਹ ਲਿਖ ਲਓ। ਲਿਖ ਲਈ ਜੀ, ਸਭ ਨੇ ਲਿਖ ਲਈ, ਸਭ ਨੇ ਲਿਖ ਲੈਣੀ ਹੈ ਦੁਆਰਾ, ਨਹੀਂ ਤਾਂ ਦੁਆਰਾ ਰਿਕਾਰਡ ਸੁਣ ਲੈਣਾ। ਪਹਿਲਾ ਫਾਇੰਡ ਅ ਪਰਸਨ, ਸੈਕਿੰਡ ਫਾਇੰਡ ਅ ਕੰਪਲੇਂਟ। ਹੁਣ ਮੈਂ ਕੰਪਲੇਂਟ ਢੂੰਡੀ ਕਿ ਮਨੋਚਾ ਬੋਲਦੀ ਹੈ, ਥੋੜੀ ਸਟੱਬਰਨ ਨੇ ਜਿੰਦੀ ਹੈ। ਹੁਣ ਤੁਸੀਂ ਸਭ ਨੇ ਸੋਚਣਾ, ਮੈਨੂੰ ਕੋਚ ਕਹਿੰਦਾ ਤੂੰ ਦੱਸ ਪਹਿਲੇ ਜੋ ਤੂੰ ਸੋਚਣਾ ਉਹਦੇ ਬਾਰੇ, ਕਿਆ ਤੇਰੇ ਉਹਦੀ ਸਿਸਟਰ, ਉਹਦੀ ਮੰਮੀ ਪਾਪਾ ਜਾਂ ਹੋਰ ਲੋਕ ਐਸਾ ਸੋਚਦੇ ਨੇ? ਤੇ ਮੈਂ ਸੋਚੀ ਪੈ ਗਿਆ, ਮੈਂ ਕਿਹਾ ਨਾ, ਉਹ ਤੇ ਐਸਾ ਸੋਚਦੇ ਨਹੀਂ ਹੈਗੇ, ਉਹ ਤੇ ਕਹਿੰਦੇ ਬੜੀ ਚੰਗੀ ਬੇਟੀ ਹੈ, ਮੰਮੀ ਪਾਪਾ ਕਹਿੰਦੇ ਨੇ, ਭੈਣਾਂ ਕਹਿੰਦੀਆਂ ਨੇ ਸ਼ੀ ਇਜ਼ ਵੈਰੀ ਗੁੱਡ। ਤੇ ਇਹਦਾ ਮਤਲਬ ਇਹ ਸਟਬਰਨ ਜਾਂ ਮੈਨੂੰ ਇਹ ਜਿਹੜਾ ਹੈਗਾ, ਇਟ ਇਜ਼ ਨੋਟ, ਆਈ ਐਮ ਟਰਾਇੰਗ ਟੂ ਸਪੈਸੀਫਾਈ ਹਰ, ਮੈਂ ਉਹਨੂੰ ਮਾਰਕ ਕਰ ਰਿਹਾ। ਦੇਖੋ ਕਮਿਊਨੀਕੇਸ਼ਨ ਦੇ ਵਿੱਚ ਅਸੀਂ ਡੈਡ ਕਮਿਊਨੀਕੇਸ਼ਨ ਯੂਜ਼ ਕਰਦੇ ਹਾਂ ਜੀ। ਡੈਡ ਕਮਿਊਨੀਕੇਸ਼ਨ ਕੀ ਹੁੰਦਾ? ਮੈਂ ਮਹਿਸੂਸਦਾ ਕਰਨਾ, ਤੁਸੀਂ ਆਪਣੇ ਬੱਚਿਆਂ ਨੂੰ ਨਲਾਇਕ ਬੋਲ ਦਿੰਦੇ ਹੋ ਕਈ ਵਾਰੀ। ਕਈ ਵਾਰੀ ਅਸੀਂ ਬੋਲ ਦਿੰਦੇ ਹਾਂ, ਮੈਂ 10 ਸਾਲ ਪਹਿਲੇ ਬੰਦੇ ਨੇ ਚੋਰੀ ਕੀਤੀ, ਮੈਨੂੰ ਮਿਲੇਗਾ ਤਾਂ ਮੈਂ ਕੀ ਬੋਲਾਂਗਾ, 10 ਸਾਲ ਮਿਲਿਆ, ਇਹ ਚੋਰ ਹੈ। ਉਹ ਭਾਈ ਉਹਨੂੰ ਕੋਈ ਬਦਲਣ ਦਾ ਮੌਕਾ ਹੀ ਨਹੀਂ ਦੇਗਾ, ਕੋਈ ਉਹਨੂੰ ਮਾਫ਼ ਹੀ ਨਹੀਂ ਕਰੇਗਾ, ਉਹ ਚੋਰ ਹੀ ਮਰ ਜਾਏਗਾ ਵਿਚਾਰਾ, ਕਿਉਂਕਿ ਉਹਨੂੰ ਇੱਕ ਵਾਰੀ ਉਹਨੇ ਚੋਰੀ ਕੀਤੀ। ਕਿਆ ਅਸੀਂ ਸਭ ਨੇ ਕੋਈ ਨਾ ਕੋਈ ਚੋਰੀ ਨਹੀਂ ਕੀਤੀ? ਦੱਸੋ ਕਿ ਅਸੀਂ ਕੋਈ ਗੁਨਾਹ ਨਹੀਂ ਕੀਤਾ? ਸਾਡਾ ਗੁਨਾਹ ਛੁਪ ਗਿਆ ਹੁੰਦਾ, ਨਜ਼ਰ ਆ ਗਿਆ। ਹਮ ਔਗਨ ਭਰੇ ਏਕ ਗੁਣ ਨਾਹੀ, ਕਿੰਨੇ ਔਗਨ ਭਰੇ ਹੋਏ ਆ, ਸਾਡੇ ਔਗਨ ਛੁਪ ਗਏ, ਅਸੀਂ ਨਜ਼ਰ ਨਹੀਂ ਆ ਰਹੇ। ਜਿਹਦਾ ਔਗਨ ਨਜ਼ਰ ਆ ਗਿਆ ਉਹਨੂੰ ਫੜ ਲਿਆ ਤੁਸੀਂ, ਤੁਸੀਂ ਕੀ ਕੀਤਾ, ਉਹਨੂੰ ਚੋਰ ਬੋਲਤਾ ਜੀ, ਤੁਸੀਂ ਬੋਲਤਾ ਉਹ ਸਟੱਬਰ ਨੇ, ਤੁਸੀਂ ਕਮਿਊਨੀਕੇਸ਼ਨ ਡੈਡ ਕਰਤਾ। ਅਗਰ ਮੰਨ ਲਓ ਇੱਕ ਤੁਸੀਂ, ਤੁਹਾਡੇ ਸਾਹਮਣੇ ਕੋਈ ਡੈਡ ਚੀਜ਼ ਪਈ ਹੈ, ਹਾਂ ਪਿਆ ਮੇਰੇ ਕੋਲ, ਇਹ ਸੈਲ ਪਏ ਨੇ, ਮੇਰਾ ਲਾਊਡ ਸਪੀਕਰ ਪਿਆ, ਸਪੀਕਰ ਅੱਜ ਤੋਂ 10 ਸਾਲ ਬਾਅਦ ਸਪੀਕਰ ਰਹੇਗਾ ਜੀ, ਇਹ ਚੇਂਜ ਨਹੀਂ ਹੋਏਗਾ, ਇਹ ਨਾਮ ਹੈ, ਇੱਕ ਫੋਟੋ ਲੱਗੀ ਹੋਈ ਹੈ, ਫੋਟੋ 10 ਸਾਲ ਬਾਅਦ ਫੋਟੋ ਹੀ ਰਹੇਗੀ, ਹਰ ਵੇਲੇ ਫੋਟੋ ਬੋਲੇਗਾ। ਇਨਸਾਨ ਹਰ ਪਲ ਬਦਲ ਰਿਹਾ, ਇਨਸਾਨ ਹਰ ਪਲ ਬਦਲ ਰਿਹਾ। ਅਸੀਂ ਕੀ ਕੀਤਾ? ਅਸੀਂ ਬੋਲਿਆ ਇਹ ਚੋਰ ਹੈ, ਤੇ ਉਹ ਸਾਨੂੰ ਚੋਰ ਹੀ ਨਜ਼ਰ ਆ ਰਿਹਾ ਜੀ। ਗੁਰੂ ਸਾਹਿਬ ਨੇ ਕੀ ਵੇਖਿਆ ਕਿ ਇਹ ਸਭ ਦੇ ਔਗਨ ਹੈਗੇ ਨੇ, ਇਨਸਾਨ ਦੇ ਵਿੱਚ ਔਗਨ ਹੈਗੇ ਨੇ, ਉਹਨਾਂ ਨੇ ਕੀ ਕੀਤਾ, ਉਸ ਬੰਦੇ ਨੂੰ ਕਿਹਾ ਇਹ ਭੁੱਲਿਆ। ਹੁਣ ਦੇਖੋ ਜਦੋਂ ਮੈਂ ਆਪਣੀ ਵਾਈਫ ਬਾਰੇ ਬੋਲਿਆ ਸਟੱਬਰਨ ਨੇ, ਤੇ ਜਦੋਂ ਦੇਖਿਆ ਬਾਕੀ ਨਹੀਂ ਬੋਲ ਰਹੇ, ਇਹਦਾ ਮਤਲਬ ਇਹ ਮੇਰੀ ਸੋਚ ਹੈ ਕਿ ਉਸ ਸਟੱਬਰਨ ਨੇ ਜੀ ਜੀ ਬਿਲਕੁਲ ਬਿਲਕੁਲ। ਤੇ ਉਹਨੂੰ ਹੋਇਆ ਕਿ ਜਦੋਂ ਮੈਂ ਵੇਖਿਆ, ਜਦੋਂ ਮੈਂ ਆਪਣੇ ਰਿਲੇਟਿਵਸ ਦਾ ਵੇਖਿਆ, ਤੇ ਮੈਨੂੰ ਉਹਨਾਂ ਨੇ ਕਿਹਾ ਕਿ ਜੋ ਤੂੰ ਆਪਣੀ ਬੀਵੀ ਬਾਰੇ ਸੋਚ ਰਿਹਾ, ਇਹ ਤੇਰਾ ਪੁਆਇੰਟ ਆਫ ਵਿਊ ਹੈ, ਇਟ ਇਜ਼ ਨੋਟ ਫੈਕਟ। ਜਿਵੇਂ ਮੈਂ ਕਹਿੰਦਾ ਇਹ ਲਾਊਡ ਸਪੀਕਰ, ਲਾਊਡ ਸਪੀਕਰ ਰਹੇਗਾ, ਡੈਡ ਹੈ, ਪਰ ਮੇਰੀ ਵਾਈਫ ਇੱਕ ਲਿਵਿੰਗ ਪਰਸਨ ਹੈ, ਉਹ ਲਿਵਿੰਗ ਪਰਸਨ ਨੂੰ ਵੀ ਮੈਂ ਡੈਡ ਲੈਂਗੁਏਜ ਯੂਜ਼ ਕਰ ਰਿਹਾ। ਸਟੱਬਰ ਨੇ, ਬੱਚਾ ਨਲਾਇਕ ਹੈ, ਉਹੀ ਉਹ ਬੱਚੇ ਟੌਪ ਕਰ ਜਾਂਦੇ ਨੇ ਬਾਅਦ ਵਿੱਚ, ਨਲਾਇਕ ਅਸੀਂ ਕ੍ਰਾਈਟੀਰੀਆ ਬਣਾ ਕੇ ਕਰਤਾ, ਅਸੀਂ ਉਹਨੂੰ ਫੇਲ ਕਰਤਾ ਬੱਚੇ ਨੂੰ, ਕਈ ਵਾਰੀ ਉਹ ਬੱਚੇ ਐਕਸੈਪਟ ਕਰ ਲੈਂਦੇ ਨੇ, ਉਹ ਲੀਡਰ ਤੇ ਹੈ ਨਹੀਂ, ਉਹ ਡੈਡ ਹੋ ਜਾਂਦੇ ਨੇ। ਤੁਸੀਂ ਫਿਰ ਮੈਨੂੰ ਐਕਸਾਈਜ਼ ਕਰਨਾ ਦਿੱਤੀ, ਕਹਿੰਦਾ ਸੈਕਿੰਡ ਕੰਮ ਦੱਸ ਕਿ ਤੇਰੀ ਵਾਈਫ ਨੂੰ ਤੇਰੇ ਨਾਲ ਕੀ ਕੰਪਲੇਂਟ ਹੈ, ਦੇਰ ਵਿਲ ਬੀ ਅ ਮੈਚਿੰਗ ਕੰਪਲੇਂਟ। ਮੈਂ ਬੋਲਿਆ ਸ਼ੀ ਸਟੱਬਰਨ,
सॉरी मैं उन्होंने बोले स्टॉपर ने उस मूर्छा बोल दिए, पता उन्होंने की क्या ऊंचा सुन, सुनते नहीं मेरी गल, तुसी मेरी गल सुनते ही नहीं, देयर विल बी ऑलवेज मैचिंग कंप्लेंट, जो तुसी तुहानू कोई कंप्लेंट ते उन बंदे नू नोट कर लो ओही कंप्लेंट होएगी, इट मीनस वी आर क्रिएटिंग दैट कम्युनिकेशन। अगर उन्हू मैं इस पॉइंट ओह कम्युनिकेशन चेंज कर दा, मैं उसके बारे अलग सोच अपनी सोच बदलना, सोचा कि जो मैं बोल रहा वो एक पॉइंट ऑफ व्यू है, पॉइंट ऑफ व्यू कैन बी चेंज, पर एक स्टेटमेंट सारी स्टेटमेंट साड़ी डेड है, नलायक है, वह अच्छा है, वह चोर है, वह डाकू है, तो गुरु नानक की लैंग्वेज सी भुलिया है, भुलिया वापिस आ सकता है, बिल्कुल नहीं हो सकता, भुलिया क्या वह सज्जन बन गया, वह ठग नहीं रहा, असं इन्ने नलायक हाँ, अज भी सज्जन ठग कही जाने, बिल्कुल ठग असी हाँ, चोर असी हाँ, और जेड़ा बंदा बदल गया वह तो रब हो गया, उन्होंने भी ठग कही जाने, असं भी ठग का वर्ड यूज करी जाने, इसका मतलब साड़ी लैंग्वेज डेड है, किधर साड़ी लैंग्वेज अलाइव होनी चाहिए, अलाइव लैंग्वेज, अपना कम्युनिकेशन बदलना पेगा, कम्युनिकेशन बदलने वास्ते सानू रब नाल जुड़ना पेगा, रब दी बाणियां जुड़ना पेगा, सहज पाठ करना पेगा, घर घर अपने सहज पाठ करोगे सारे जवाब मिलेंगे तुहानू। हुण मैं वीर जी नूं देना, वीर जी मैं तुहानू थोड़ा जिहा दस्सिया, हुण तुसीं अगे गल करो, बहुत वधिया तुसीं जिहड़ियां जी इह गल्लां कीतियां ने, कारण इह है कि साडी जिंदगी है जिहड़ी उस नूं मतलब कि असी चंगे तरीके नाल जीवन की जिम्मेवारी साड़ी है, जेकर असी किसी नूं माफ़ करना शुरू कर दईए तां इह जिंदगी साड़ी सुखी हो सकती है, क्योंकि यही साडा अज दा विशा सी कि असी इस जिंदगी दे विच खुशी किवें लै सकते हैं, खुशी लैन दे वास्ते जिंदगी दे विच सानू सदा बदलन लई तैयार रहना चाहिए, सानू रब दे रजा दे विच रहना आना चाहिए, सानू मुश्किलां नू एक्सैप्ट करना आना चाहिए और उन्हां दे हल लभने आने चाहिए, और जिस जगह असी हल नहीं लभ सकते उत्थे फिर तेरा भाणा मीठा लागे वाली अवस्था भी सानू लैके चलनी चाहिए है। तो दोस्तों मैं आप जी नू दस देवां कि मेरे नाल रेडियो खुशी 90.4 FM ते वीर जोगिंदर सिंह जी सन, तो वीर जी चलदिया चलदिया की मैसेज दोगे, हुण असीं अपने शो नू वाइंड अप कर रहे हैं। वाहिगुरु जी का खालसा वाहिगुरु जी फतेह जी। ए देखो जी मैं तुहानू यही मैसेज देना चाहवांगा कि तुसी जिथे भी तुहानू गाइडेंस ना मिले, तुसी ऐ सोचो रब करा रहा है, रब देख रहा है, रब बोल रहा है। गुरु नानक देव जी कोल कोई PhD कीती सी गुरु नानक देव जी ते गुरु नानक देव जी रब नाल कनैक्टेड सन, सच नाल कनैक्टेड सन, सच ना कनैक्ट करना है अपने आप नूं, सच ना कनैक्ट करोगे तो गुरु ग्रंथ साहिब ना कर लो, सहज पाठ करो, तुहाडा जीवन बदल जाएगा। जिन्नियां मैं गल्लां कीतियां ने, देखो फिर भी असीं इंसान हाँ, तुसीं तुहानूं मैं दो तीन एक्सरसाइज बोलियां ने, एक वो जरूर करनियां ने, पहला टैक्नोलॉजी ऑफ ब्रेकडाउन तुसीं जरूर यूज करनी है, दूजी गल तुसीं यूज करनी है एक तुसीं अपने किसी संबंध ते वर्क करना है, तीजा मैं तुहानूं एक होर कहांगा जाण तों पहले जी, अपने किसी मां मम्मी पापा दादा दादी नाना नानी नूं अज कम करना तुहाडे खे पानी आ जाएगा, तुहाडे च इक चीज पैदा हो दोबारा जिंदा हो जाएगी जिहड़ी मर चुकी है, ओह चीज जिंदा हो जाएगी, पता की पता की जिंदा हो जाएगी, ओह तुहाडे जिंदा हो जाएगा, ओह इक चीज जिंदा हो जाएगी, ओह की जिंदा हो जाएगी, असीं जिंदगी नूं तुसीं की करना है एक भाषा जिवें उहनूं फोन करो दादी नूं नानी नूं मामी नूं किसे नूं, उहनूं पुछो जी मैं मैनूं याद आया कि मैनूं याद आंदा 25-30 साल पहले मैं एक स्कूल जाएगी सी या 40 साल पहले एक पुराना इंसीडेंट लभना है, लभ के कहना है मैनूं याद है तू मैनूं बड़ा प्यार कीता सी, तू मैनूं ना उस टाइम मेरे नाल खड़ी सी, मैं कल्ली सी, उहदी फिर गल सुननी है, सुनना एक बड़ा वड्डा सेवा है, बिल्कुल वड्डे बंदे नाल अपने संबंध तुसीं दोबारा रिवाइव करने ने, असीं मापे नूं भुल जांदे आ, साडा सोर्स साडा रूट रूट नूं भुल जांदे आ, किसी अपने मम्मी पापा नाल या दादा दादी जिहड़ा तुहाडे संबंध नहीं इतने क्लीयर है गए, या उहनां नूं सिर्फ फोन करके बोलना है कि मम्मी मैं याद करनी आ, मैं जिवें मैंने फादर नूं कहा, मैं कहा मैनूं ना याद आंदा सी मैनूं छोटे जे मैं छोटा जिहा सी ते मैनूं ना स्कूल लैके गए सी, उहनां नूं अखे पाणी जा गया कि मैनूं याद नहीं आ रहा, फिर मैनूं उहनां गल्लां करनी शुरू कीतियां ते मेरे ना मेरे पूरी बॉडी दे विच मेरे रोंगटे खड़े होने शुरू हो गए। तुसीं सब ने एक एक्सरसाइज करनी है की करना है, किसी नाल अपने संबंधां दी पुरानी गल करके जो तुहाडे वड्डे ने कोई उन्हां नाल अपने संबंध चेंज करोगे, तुहाडे अंदर एक चीज पैदा होएगी जिहड़ी अलाइव हो जाएगी, वो अलाइव तुहानूं फील कराएगी कि तुसीं वी अलाइव हो, तुहाडी इमोशन हैगियां ने, साडा इमोशनल कोशेंट वीक हो रहा है क्योंकि असीं सैल फोन बड़ा यूज करने आ, अज तो मल्टीटास्किंग बंद करके उस सैल फोन बारे फिर गल करांगे अगली बार। जी बिल्कुल, धन्यवाद आ खुशी टीवी दा सारे दर्शकां दा ते अपने वीर बहुत प्यारे वीर बड़े ही प्यारे वीर गुरवेल सिंह जी दा जिन्होंने इन्ना अपना डिवोशन अपना टाइम अपना एनर्जी इस प्रोजेक्ट लाती है और अपना जिंदगी का गोल बना लिया है कि असी कुछ ना कुछ अपने जान तो पहले करिए। वाहेगुरु जी का खालसा वाहेगुरु जी की फतेह, रब दा
ਮੌਕਾ ਮਿਲਿਆ। ਦੁਆਰਾ ਫਤਿਹ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਦੋਸਤੋ, ਮੇਰੇ ਨਾਲ ਸਨ ਸਰਦਾਰ ਜੋਗਿੰਦਰ ਸਿੰਘ ਜੀ, ਐਜੂਕੇਸ਼ਨਲਿਸਟ, ਵਿਵੇਕ ਟਰੱਸਟ ਦੇ ਨਾਲ ਇਹ ਮਿਲ ਕੇ ਦਿੱਲੀ ਦੇ ਅਲੱਗ ਅਲੱਗ ਸਕੂਲਾਂ ਦੇ ਵਿੱਚ ਜਾ ਕੇ ਬੱਚਿਆਂ ਨੂੰ ਸਹਿਜ ਪਾਠ ਨਾਲ ਜੋੜਦੇ ਆ, ਔਰ ਸਿੰਘ ਸਟੱਡੀ ਸਰਕਲ ਜੋ ਦਿੱਲੀ ਦੇ ਅਲੱਗ ਅਲੱਗ ਏਰੀਆ, ਪ੍ਰਸ਼ਾਂਤ ਵਿਹਾਰ, ਰੋਹਿਣੀ ਔਰ ਹੋਰ ਵੀ ਪੀਤਮਪੁਰਾ ਏਰੀਆ ਦੇ ਵਿੱਚ ਵੀ ਬਹੁਤ ਵੱਡੀਆਂ ਸੇਵਾਵਾਂ ਵੀਰ ਜੀ ਸਿੰਘ ਸਟੱਡੀ ਸਰਕਲਸ ਦੇ ਦੁਆਰਾ ਨਿਭਾ ਰਹੇ ਨੇ, ਔਰ ਅੱਜ ਖੁਸ਼ੀ ਵਿਸ਼ੇ 'ਤੇ ਵਿਚਾਰ ਸੀ, ਔਰ ਆਸ ਕਰਦੇ ਹਾਂ ਅੱਗੇ ਤੋਂ ਵੀ ਜਦੋਂ ਤੁਹਾਨੂੰ ਯਾਦ ਕਰਾਂਗੇ ਇਸੇ ਤਰ੍ਹਾਂ ਤੁਸੀਂ ਸਾਡੇ ਨਾਲ ਆ ਕੇ ਵਿਚਾਰਾਂ ਦੀ ਸਾਂਝ ਪਾਓਗੇ ਜੀ। ਅਤੇ ਦੋਸਤੋ, ਕੱਲ੍ਹ ਨੂੰ ਮੈਂ ਫਿਰ ਕਿਸੇ ਹੋਰ ਨਵੇਂ ਵਿਸ਼ੇ 'ਤੇ ਕਿਸੇ ਹੋਰ ਨਵੇਂ ਵਿਦਵਾਨ ਦੇ ਨਾਲ ਹੋਵਾਂਗਾ ਤੁਹਾਡੇ ਰੂਬਰੂ। ਰੇਡੀਓ ਖੁਸ਼ੀ 90.4 FM 'ਤੇ ਗੁਣਗੁਣਾਤੇ ਰਹੋ, ਔਰ ਦੋ ਇਜਾਜ਼ਤ ਹੁਣ ਆਪਣੇ ਡਿਵਾਈਨ ਔਰ ਦਿਲਦਾਰ ਆਰਜੇ ਗੁਰਵੇਲ ਸਿੰਘ ਨੂੰ। ਗੁੱਡ ਬਾਏ, ਟਾਟਾ, ਰੱਬ ਰਾਖਾ ਦੋਸਤੋ।